ਹੈਲੋ ਨਮਸਕਾਰ ਅਦਾਬ ਪਿਆਰ ਸਤਕਾਰ ਤੇ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਗੁਰਜੀਤ ਸਿੰਘ ਤੇ ਜੀ ਆਇਆਂ ਨੂੰ ਕਹਣਾ ਜੀ ਫਿਰ ਫੇਰ ਤੁਹਾਡੇ ਆਪਣੇ ਸ਼ੋ ਪੀਟੀਸੀ ਸ਼ੋਕੇਸ ਦੇ ਵਿੱਚ ਮਿੱਤਰੋ ਹਰ ਵਾਰ ਮੈਂ ਤੁਹਾਡੀ ਮੁਲਾਕਾਤ ਕਰਵਾਉਣਾ ਤੇ ਖੁਦ ਵੀ ਮੁਲਾਕਾਤ ਕਰਦਾ ਜੀ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਦੇ ਨਾਲ ਤੇ ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਜੀ 21 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਨਵੀਂ ਪੰਜਾਬੀ ਫਿਲਮ ਲਕੀਰਾਂ ਦੀ ਸਟਾਰ ਕਾਸ ਦੇ ਨਾਲ ਤੇ ਇੱਕ ਨਵੇਂ ਉਬਰ ਦੇ ਚਿਹਰੇ ਨਾਲ ਤੇ ਉਹਨਾਂ ਦੇ ਨਾਲ ਇੱਕ ਅਜਿਹੇ ਚਿਹਰੇ ਨਾਲ ਜਿਹਦੇ ਨਾਲ ਤੁਸੀਂ ਸਾਰੇ ਵਾਕਿਫ ਹੋ ਤਜਰਬੇਕਾਰ ਨੇ ਜੀ ਉਹ ਤੇ ਪੰਜਾਬੀ ਫਿਲਮ ਇੰਡਸਟਰੀ ਨੂੰ ਲੀਡ ਕਰਦੇ ਰਹੇ ਨੇ ਤੇ ਕਰ ਰਹੇ ਨੇ ਬਖੂਬੀ ਪੂਰੇ ਜੋਸ਼ੋ ਖਰੋਸ਼ ਦੇ ਨਾਲ ਸੋ ਵੈਲਕਮ ਟੂ ਦਾ ਸ਼ੋ ਸ਼ਵेंद्र ਮਾਹਲ ਸਰ ਸასიਆਕਾਲ ਤੇ ਹਰਮਨ ਵੀਰ ਸასიਆਕਾਲ ਬਹੁਤ ਬਹੁਤ ਸਵਾਗਤ ਹੈ ਜੀ ਪੀਟੀਸੀ ਸ਼ੋਕੇਸ ਵਿੱਚ ਤੁਹਾਡਾ ਪੀਟੀਸੀ ਪੰਜਾਬੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਸ਼ਵेंद्र ਮਾਹਲ ਵੱਲੋਂ ਤੇ ਹਰਮਨ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਾ ਸਤਿ ਸ਼੍ਰੀ ਅਕਾਲ ਜੀ ਕਿਆ ਬਾਤ ਹੈ ਨਵੇਂ ਚਿਹਰੇ ਵਾਲਾ ਆਪ ਆਉਣੇ ਆ ਪਹਿਲਾਂ ਜਿਹੜੇ ਸਾਡੇ ਬਾਬਾ ਬੋਰਡ ਹੈ ਜੀ ਉਹਨਾਂ ਵੱਲ ਚੱਲਦੇ ਆਸੀਂ ਬਸ ਅਸ਼ਵਿੰਦਰ ਸਰ ਹਮੇਸ਼ਾ ਹੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਵੀ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈਗੀ ਹੈ ਸੋ ਪਹਿਲਾਂ ਮੁਬਾਰਕਾਂ ਜੀ ਲਕੀਰਾਂ ਫਿਲਮ 21 ਅਕਤੂਬਰ ਨੂੰ ਆ ਰਹੀ ਹੈ ਹਮੇਸ਼ਾ ਤੁਹਾਨੂੰ ਦੇਖਣਾ ਚਾਹੁੰਦੇ ਆ ਤੇ ਇੱਕ ਗਰੰਟੀ ਬਣ ਜਾਂਦੀ ਹੈ ਜਿਹੜੀ ਫਿਲਮ ਤੁਸੀਂ ਹੁੰਨੇ ਹੋ ਤਾਂ ਠੋਸ ਕੁਝ ਨਾ ਕੁਝ ਦਾ ਉਹਦੇ ਫਿਲਮ ਵਿੱਚ ਦੇਖਣ ਨੂੰ ਸਾਨੂੰ ਮਿਲੂਗਾ ਜੀ ਕੀ ਕਹਿਣਾ ਚਾਹੋਗੇ ਲਕੀਰਾਂ ਦੇ ਬਾਰੇ ਲਕੀਰਾਂ ਤਾਂ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਜੀ ਚਾਹੇ ਹੱਥਾਂ ਦੀਆਂ ਚਾਹੇ ਮੱਥੇ ਦੀਆਂ ਆਵਾਜ਼ੀਆ ਚਾਹੇ ਮਜ਼ਹਬ ਦੀਆਂ ਹੈ ਹਾਂ ਚਾਹੇ ਦੇਸ਼ਾਂ ਦੀਆਂ ਹੈ ਕੀ ਬਾਤ ਹੈ ਇਹ ਲਕੀਰਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਸਾਡੇ ਹਰਮਨ ਦੇ ਨਾਲ ਇੱਕ ਨਿਆਇ ਚਿਹਰਾ ਲੈ ਕੇ ਆ ਰਹੇ ਅਸੀਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਲਕੀਰਾਂ ਦੇ ਵਿੱਚ ਇਹ ਆਪਣੀਆਂ ਇੱਕ ਅਲੱਗ ਹੀ ਲੰਬੀਆਂ ਲਕੀਰਾਂ ਖਿੱਚ ਕੇ ਲੈ ਕੇ ਜਾਏਗਾ ਵਾਹ ਜੀ ਵਾਹ ਤੇ ਸਾਡੇ ਨਾਲ ਇਸੇ ਤਰ੍ਹਾਂ ਬਰਕਰਾਰ ਰਹੇਗਾ ਕੀ ਬਾਤ ਹੈ ਹਰਮਨ ਇਤੋ ਵਧੀਆ ਇੰਟਰੋਡਕਸ਼ਨ ਨਹੀਂ ਹੋ ਸਕਦੀ ਸੀ ਕਿ ਕਿਨੇ ਸ਼ਵਿੰਦਰ ਮਾਹਲ ਸэр ਤੁਹਾਡੀ ਇੰਟਰੋਡਕਸ਼ਨ ਦੇ ਲਈ ਸੋ ਤੁਹਾਡਾ ਵੈਲਕਮ ਹੈ ਜੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਪੰਜਾਬੀ ਜਿਹੜੀ ਫਿਲਮ ਇੰਡਸਟਰੀ ਤੇ ਹਮੇਸ਼ਾ ਹੁਣ ਤਾਂ ਸਾਰੇ ਐਕਸਪੈਰੀਮੈਂਟ ਕਰਨ ਲੱਗ ਗਏ ਨੇ ਜੀ ਆਡੀਅנס ਵੀ ਐਕਸਪੈਰੀਮੈਂਟ ਨੂੰ ਅਸਰਾਂਦੀ ਹੈਗੀ ਐ ਦੇਖਣਾ ਚਾਹੁੰਦੀ ਹੈ ਨਵੇਂ ਨਵੇਂ ਐਕਸਪੈਰੀਮੈਂਟ ਹਰਮਨ ਵਿਰਕ ਇੱਕ ਨਵਾਂ ਚਿਹਰਾ ਹੈਗਾ ਆਪਣੇ ਬਾਰੇ ਥੋੜਾ ਜਿਹਾ ਦੱਸੋ ਇੰਨਾ ਕਿ ਤਾਂ ਮੈਨੂੰ ਤਾਂ ਪਤਾ ਹੈ ਕਿ ਤੁਸੀਂ ਗੋਲਫ 플레이ਰ ਰਹੇ ਹੈਗੇ ਹੋ ਗੋਲਫ ਪਸੰਦ ਕਰਦੇ ਹੋ ਨੈਸ਼ਨਲ ਟੀਮ ਨੂੰ ਰਿਪਰੈਜ਼ੈਂਟ ਕਰ ਚੁੱਕੇ ਹੋ ਐਕਟਿੰਗ ਵਾਲ ਕਿਦਾਂ ਨਾਲ ਹੋਇਆ ਹਰਮਨ ਵਰਕ ਦਾ ਜੀ ਜਿੱਦਾਂ ਤੁਸੀਂ ਪਹਿਲਾਂ ਕਿਹਾ ਮੈਂ 골ਫ ਖੇਡਦਾ ਸੀ ਆਈ ਵਾਸ ਸੈਵਨਥ ਇਨ ਇੰਡੀਆ ਜੀ ਤੇ ਇੰਡੀਆ ਵੱਲੋਂ ਵੀ ਕਾਫੀ ਖੇਲੇ ਆ ਰਿਪਰੈਜ਼ੈਂਟਡ ਇੰਡੀਆ THAILAND ਵੀ ਖੇਲੇ ਆ ਇੰਗਲੈਂਡ ਵੀ ਖੇਲੇ ਆ ਅਮਰੀਕਾ ਤੱਕ ਵੀ ਖੇਲੇ ਆ ਮੈਨਨ ਚੈਂਪੀਅਨ ਵੀ ਦੇ ਆ ਫਿਰ ਆਈ ਵੈਂਟ ਟੂ ਸਟੱਡੀਜ਼ ਟੂ ਇੰਗਲੈਂਡ ਅਹਾਂ ਦੈਨ ਅਰਾਊਂਡ 3 ਇਅਰਸ ਬੈਕ ਗ੍ਰੈਜੂਏਸ਼ਨਸ ਕਮ ਤੇ ਉਦੋਂ ਮੈਂ 골ਫ ਦਾ ਥੋੜਾ ਚਾਹ ਹਟ ਗਿਆ ਜਿਮਿੰਗ ਸ਼ਹਿ ਪੈ ਗਿਆ ਹਾਂ ਹਾਂ ਤੇ ਜਿਮ ਚ ਪੈ ਕੇ ਥੋੜਾ ਥੋੜਾ ਜਦੋਂ ਮੈਂ ਯੂਨੀਵਰਸਿਟੀ ਚ ਕਰਦਾ ਸੀਗਾ ਆਈ ਵਾਸ ਪਿਲ ਵੀ ਕਾਫੀ ਫਾਊਂਡ ਸੀਗਾ ਮੂਵੀ ਦੇਖਣ ਦਾ ਓਕੇ ਮਤਲਬ ਮੂਵੀਜ਼ ਕਾਫੀਆਂ ਦੇਖਦਾ ਸੀ ਮੈਂ ਪੰਜਾਬੀ ਫਿਲਮ ਹੋ ਗਈ ਹਿੰਦੀ ਹੋ ਗਈ ਹਾਲੀਵੁੱਡ ਹੋ ਗਈ ਹਮ ਹਮ ਤੇ ਜਦੋਂ ਵੀ ਕੋਈ ਮੂਵੀ ਦੇਖਣੀ ਹੈ ਮੈਂ ਕਹਿੰਦਾ ਯਾਰ ਆਹ ਕੈਰੇਕਟਰ ਬੰਨਣਾ ਯਾਰ ਆਹ ਕੈਰੇਕਟਰ ਬੰਨਣਾ ਸ਼ੀਸ਼ੇ ਮੋਲੇ ਦੇਖਣਾ ਆਪਣੇ ਆਪ ਨੇ ਪ੍ਰੈਕਟਿਸ ਕਰਨ ਲੱਗ ਜਾਨੀ ਓਕੇ ਪਰ ਫਿਰ ਹੌਲੀ ਹੌਲੀ ਮੈਂ ਕਹਿੰਿਆ ਐਕਟਿੰਗ ਕਰਕੇ ਦੇਖਣੀ ਜ਼ਰੂਰ ਹੈ ਅੱਛਾ ਜੀ फिर आई वर्कड ऑन माय एक्टिंग स्किल्स क्लासेस भी लेती हैं ओके यानी कि मैं बिल्कुल ही रॉ हूं आई टुक प्रॉपर क्लासेस 6 मंथ्स की क्लासेस लेती हैं मूवी शुरू होने तो पहले भी क्लासेस लेती हैं ये प्रमोज भी नजर भी आ रहा है जदा ਤੁਸੀਂ ਡਾਂਸ ਕਰ ਰਹੇ ਹੋ ਐਕਟ ਕਰ ਰਹੇ ਹੋ ਉਹ ਪ੍ਰੋਮੋਸ ਵਿੱਚ ਬਾਕੋ ਵੀ ਨਜ਼ਰ ਆ ਰਿਹਾ ਕਿ ਬੰਦਾ ਕੱਚਾ ਹੀ ਨਹੀਂ ਆ ਗਿਆ ਹੈਗਾ ਪੂਰੀ ਤਿਆਰ ਬੋਡੀ ਤੇ ਕੰਮ ਕਰਕੇ ਆ ਆਪਣੀ ਤੱਕ ਨਹੀਂ ਨਹੀਂ ਬੋਡੀ ਦਸ ਡਿਫਰੈਂਟ ਪਾਰਟ ਬੋਡੀ ਚਲੋ ਹੋਣੀ ਚਾਹੀਦੀ ਹੈ ਕਿ ਤੁਸੀਂ ਇੰਡਸਟਰੀ ਚ ਆਉਣਾ ਹੈ ਤੁਹਾਨੂੰ ਐਕਟਿੰਗ ਤੁਹਾਡੀ ਬੋਡੀ ਰਿਦਮ ਥੈਟ ਇਜ਼ ਵੈਰੀ ਇੰਪੋਰਟੈਂਟ ਤੁਹਾਡੀ ਸਕਰੀਨ ਅਪੀਅਰੈਂਸ ਕਿ ਤ ਤੁਸੀਂ ਪ੍ਰੋਪਰ ਆਪਣੇ ਨੂੰ ਹੈਂਡਲ ਕਰਦੇ ਹੋ ਜੀ ਜੇ ਤੁਸੀਂ ਬਿਲਕੁਲ ਹੀ ਰੌਂ ਹੁੰਦੇ ਆ ਲੋਕੀ ਪਹਿਲੋ ਹੀ ਦੇਖ ਕੇ ਕਹਦੋਂਗੇ ਨਹੀਂ ਯਾਰ ਇਹ ਗੱਲ ਨਹੀਂ ਬਣੀ ਆਪਣੇ ਆਪ ਨੂੰ ਦੇਖ ਕੇ ਹੋ ਜਾਂਦਾ ਹੈ ਰਾਈਟ ਤੁਹਾਡਾ ਫਲੋ ਬਹੁਤ ਤਕੜਾ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਤਾਂ ਉਹਨਾਂ ਮੂਵੀ ਵੀ ਆਈ ਸੀ ਆਈ ਵਰਕ 6 ਮੰਥਸ ਪਹਿਲੋ ਮੈਂ ਸਕ੍ਰਿਪਟ ਤੇ ਕੰਮ ਕੀਤਾ ਸਾਰਾ ਦੈਨ ਆਈ ਕੇਮ ਕੌਨਫੀਡੈਂਟਲੀ ਕਿ ਨਹੀਂ ਹੁਣ ਕਰਦੇ ਆ ਸ਼ਵਿੰਦਰ ਸਰ ਲਕੀਰਾ ਤੁਸੀਂ ਕਿਉਂ ਤੁਸੀਂ ਕਿਉਂ ਚੂਜ਼ ਕੀਤਾ ਕਿ ਮੈਂ ਇਸ ਫਿਲਮ ਦਾ ਵੀ ਹਿੱਸਾ ਬਣਾ ਲਕੀਰਾ ਨਾਲ ਜੁੜਨਾ ਤੇ ਮੇਰੀ ਖੁਸ਼ਕਿਸਮਤੀ ਹੀ ਸੀ ਤੇ ਜਦੋਂ ਫਿਰ ਮੈਨੂੰ ਸਬਜੈਕਟ ਸੁਣਾਇਆ ਸਬਜੈਕਟ ਮੈਨੂੰ ਉਹ ਵੀ ਥੋੜਾ ਡਿਫਰੈਂਟ ਲੱਗਿਆ ਮੈਂ ਕਿਹਾ ਮੈਂ ਮੋਸਟਲੀ ਕੋਸ਼ਿਸ਼ ਕਰਦਾ ਹਾਂ ਕਿ ਡਿਫਰੈਂਟ ਕਹਾਣੀ ਦੇ ਉੱਤੇ ਹੀ ਮੈਂ ਆਪਣਾ ਕਿਰਦਾਰ ਜਿਸ ਤਰ੍ਹਾਂ ਦਾ ਹੋਏਗਾ ਮੈਂ ਨਿਭਾਉਣ ਦੀ ਕੋਸ਼ਿਸ਼ ਕਰਦਾ ਹਾਂ ਜੀ ਸਕਰੀਨ ਦੇ ਉੱਤੇ ਤੇ ਮੈਨੂੰ ਡਿਫਰੈਂਟ ਲੱਗਿਆ ਤੇ ਨਾਲ ਫੇਰ ਇੱਕ ਮੇਨ ਗੱਲ ਹੈ ਕਿ ਚੰਗੇ ਬੰਦਿਆਂ ਨਾਲ ਜੁੜਨਾ ਬਿਲਕੁਲ ਮੈਨੂੰ ਬਹੁਤ ਅੱਛਾ ਲੱਗਿਆ ਹਮਮ ਕਿ ਵੀ ਇਹ ਇੱਕ ਪ੍ਰੋਡਕਸ਼ਨ ਹੈ ਇਹ ਰੈਗੂਲਰ ਵੀ ਫਿਲਮਾਂ ਬਣਾਏਗੀ ਬਣਾ ਸਕਦੀ ਹੈ ਬਣਾਉਣੀਆਂ ਚਾਹੀਦੀਆਂ ਨੇ ਰਾਈਟ ਰਾਈਟ ਸੋ ਇਸ ਤਰ੍ਹਾਂ ਮੈਂ ਇਸ ਪ੍ਰੋਡਕਸ਼ਨ ਦੇ ਨਾਲ ਜੁੜਿਆ ਹਮਮ ਕੀ ਬਾਤ ਹੈ ਹਰਮਨ ਲਕੀਰਾਂ ਹੀ ਤੁਸੀਂ ਇਹਦੀ ਸਟੋਰੀ ਹੀ ਕਿਉਂ ਚੂਜ਼ ਕੀਤੀ ਜਦਾਂ ਕਿ ਆਬਵੀਅਸਲੀ ਤੁਹਾਡੇ ਕੋਲ ਹੋਰ ਵੀ ਬਹੁਤ ਸਾਰੇ ਰਾਈਟਰਸ ਨੂੰ ਵੀ ਮਿਲੇ ਹੋਣੇ ਤੁਸੀਂ ਹੋਰ ਕਹਾਣੀਆਂ ਵੀ ਹੋਣੀਆਂ ਕੀ ਖਾਸ ਗੱਲ ਲੱਗੀ ਤੁਹਾਨੂੰ ਲਕੀਰਾਂ ਦੇ ਵਿੱਚ ਕਿ ਤੁਸੀਂ ਸੋਚਿਆ ਕਿ ਇਹਦੇ ਰਾਹੀਂ ਮੈਂ ਆਪਣਾ ਡੈਬਿਊ ਕਰ ਸਕਦਾ ਲੈ ਕਿਹੜਾ ਮੂਵੀ ਹੈ ਇਟਸ ਲਕੀਰਾਂ ਕੀ ਹੈ ਡੈਸਟੀਨੀ ਹੈ ਕਿਸਮਤ ਹੈ ਹੁਣ ਆਹ ਮੂਵੀ ਚ ਇੱਕ ਇੰਨਾ ਵਧੀਆ ਕਨਸੈਪਟ ਹੈ ਮਤਲਬ ਤੁਸੀਂ ਮੂਵੀ ਦੇਖੋਗੇ ਮੈਂ ਦੱਸ ਨਹੀਂ ਸਕਦਾ ਤੁਸੀਂ ਮੂਵੀ ਦੇਖੋਗੇ ਯੂਲ ਸੀ ਕਿ ਇੱਕ ਬੰਦੇ ਨੂੰ ਸਿੱਖ ਮਿਲਦੀ ਹੈ ਹਾਂ ਇਹ ਇਕੱਲੀ ਲਵ ਸਟੋਰੀ ਨਹੀਂ ਲੈ ਸਕਦੇ ਚਲੋ ਇੱਕ ਕੁੜੀ ਮੁੰਡੇ ਦੀ ਸਟੋਰੀ ਹੋ ਗਈ ਇਹਨਾਂ ਨੇ ਲਕੀਰਾਂ ਕਿਸਮਾਂ ਦੇ ਉੱਪਰ ਦਿਖਾਤਾ ਤੁਸੀਂ ਕਿੱਦਾਂ ਕਿਸੇ ਵੀ ਤਰ੍ਹਾਂ ਲੈ ਸਕਦੇ ਹੋ ਆਪਣੀ ਲਾਈਫ ਦੇ ਉੱਪਰ ਕਿਸੇ ਵੀ ਮੋਟੀਵੇਸ਼ਨ ਤੇਰਾ ਲੈ ਸਕਦੇ ਹੋ ਹਾਂ ਹਾਂ ਕਿ ਤੁਹਾਡੀ ਜੋ ਲਕੀਰਾਂ ਹਨ ਅਗਰ ਤੁਸੀਂ ਉਹਨੂੰ ਵਰਕਆਊਟ ਕਰ ਸਕਦੇ ਹੋ ਆਪਣਾ ਫੇਥ ਰੱਖਦੇ ਹੋ ਯੂ ਕੈਨ ਗੈਟ ਐਨੀਥਿੰਗ ਯੂ ਵਾਂਟ ਕਰਦਿਆਂ ਦੀ ਕਿੰਨੀ ਸਪੋਰਟ ਰਹੀ ਆ ਆਬਵੀਅਸਲੀ ਨਾਲ ਹੈਗੇ ਨੇ ਪ੍ਰੋਡਕਸ਼ਨ ਹਾਊਸ ਨਾਲ ਪਰ ਫਿਲਮ ਇੰਡਸਟਰੀ ਵਿੱਚ ਆਉਣਾ ਇੱਕ ਰਿਸਕ ਵੀ ਹੁੰਦਾ ਕਿਤੇ ਨਾ ਕਿਤੇ ਕਿਨੇ ਹਿੱਟ ਹੋਣਾ ਤੇ ਉਹ ਵੀ ਬਿਲਕੁਲ ਫਰੈਸ਼ ਇੱਕ ਫੇਸ ਹੈਗਾ ਤਾਂ ਉਦੋਂ ਕਿੰਨੀ ਸਪੋਰਟ ਰਹੀ ਹੈ ਤੁਹਾਨੂੰ ਮੋਟੀਵੇਸ਼ਨ ਕਿੱਥੋਂ ਮਿਲਦੀ ਰਹੀ ਹੈ ਬਿਲਕੁਲ ਜੀ ਆਪਣੀ ਆਡੀਅנס ਕਿੰਨੀ ਹਿਊਜ ਨੇ ਮਨ ਦੇ ਦਿਲ ਦੇ ਵਿੱਚ ਆਪਣਾ ਜਗ੍ਹਾ ਬਣਾਣੀ ਇਜ਼ ਕੁਆਇਟ ਟਫ ਜੀ ਹੌਲੀ ਹੌਲੀ ਬਣਦੀ ਹੈ ਇੱਕਦਮ ਦਾ ਰਾਤ ਰਾਂਤ ਕੋਈ ਸਟਾਰ ਬਣਦਾ ਨਹੀਂ No doubt ਆਪਣਾ 100% ਦਿੰਦੇ ਹਾਂ ਘਰ ਦੀਆਂ ਸਪੋਰਟ ਘਰ ਵੱਲੋਂ ਸਪੋਰਟ ਤਾਂ ਫੁੱਲ ਹੈ ਹਾਂ ਹਾਂ ਪਹਿਲਾਂ ਗੋਲਫੀਲਦ ਤੇ ਸੀ ਮੇਰੇ ਡਾਡ ਨੇ ਉੱਚ ਵੀ ਪੂਰੀ ਸਪੋਰਟ ਦਿੱਤੀ ਮੈਨੂੰ ਮਾਈ ਪੂਰੀ ਫੈਮਿਲੀ ਦੈਨ ਆਈ ਵੈਂਟ ਟੂ ਇੰਗਲੈਂਡ ਸਟੱਡੀਜ਼ ਲਈ ਵੀ ਉਹਨਾਂ ਨੇ ਫੁੱਲ ਸਪੋਰਟ ਕੀਤੀ ਪਹਿਲਾਂ ਮੈਨੂੰ ਮਾਡਲਿੰਗ ਦੀ ਕਾਫੀ ਆਫਰ ਸੀਗੀ ਹਾਂ ਹਾਂ ਮੈਨ ਹੈਲਥ ਮੈਗਜ਼ੀਨਸ ਮਾਡਲਿੰਗ ਉਹਦੇ ਲਈ ਵਾਸਤੇ ਕੀਤੀ ਹੋਈ ਹੈ ਮੈਂ ਜੀ ਪਰ ਦੈਨ ਐਕਟਿੰਗ ਜਨ ਵੈਨ ਆਈ ਆਸਕਡ ਮਾਈ ਡੈਡ ਕਿ ਆਈ ਵਾਂਟ ਟੂ ਡੂ ਐਕਟਿੰਗ ਤੇ ਮੈਨੂੰ ਕਿਹਾ ਮੈਂ ਐਕਟਿੰਗ ਕਰਨਾ ਚਾਹੁੰਦਾ ਹਾਂ ਓਕੇ ਉਹ ਕਹਿੰਦੇ ਕਰੋ ਹਾਂ ਕਿਉਂ ਨਹੀਂ ਕਰੋ ਤੁਸੀਂ ਪਹਿਲਾਂ ਕਰਕੇ ਦਿਖਾਓਗੇ ਤੁਸੀਂ ਕਰ ਸਕਦੇ ਹੋ ਐਕਟਿੰਗ ਇਹ ਨਹੀਂ ਕਿ ਤੁਸੀਂ ਕਹਿਤਾ ਕਿ ਐਕਟਿੰਗ ਕਰਨੀ ਹੈ ਤੇ ਚਲੋ ਚੱਕਿਆ ਚਲੋ ਬਣਾ ਦੋ ਮੂਵੀ ਇਦਾਂ ਨਹੀਂ ਬਿਲਕੁਲ ਤੇ ਉਹਨਾਂ ਨੇ ਕਿਹਾ ਤੂੰ ਐਕਟਿੰਗ ਕਰ I'll provide you the funds sab kuch hoonga main production house karunga tu acting kar main businessman hai main business karunga tu actor hai tu acting karke dikhayi phir bhi a business ha ha i'll give you whatever you want jo tu chahunda oh tu mainu de jo matlab main chahunda tu mainu de ek movie waste as a producer jo tu chahunga oh main denata hu kya baat hai so dosto 21 october nu film release ho rahi hai lakhi raat te ek nawa chehra ਹਰਮਨ ਵਿਰਕ ਦੇ ਰੂਪ ਵਿੱਚ ਸਾਰਿਆਂ ਦੇ ਸਾਹਮਣੇ ਆ ਰਿਹਾ ਸ਼ਵਿੰਦਰ ਮਾਹਲ ਸਰ ਇੱਕ ਬਹੁਤ ਵੱਡਾ ਤਜਰਬਾ ਉਹਨਾਂ ਦੇ ਨਾਲ ਤੁਰਦਾ ਹੈ ਹਮੇਸ਼ਾ ਤੇ ਉਹਨਾਂ ਦਾ ਇੱਕ ਹੋਰ ਆਬਵੀਅਸਲੀ ਫੀਲ ਕਰਦੇ ਆਪਾਂ ਹੋਰ ਬਹੁਤ ਸਾਰੀਆਂ ਗੱਲਾਂ ਲਕੀਰਾਂ ਨੂੰ ਲੈ ਕੇ ਇਹਨਾਂ ਦੋਨਾਂ ਸ਼ਖਸੀਤਾਂ ਨਾਲ ਕਰਾਂਗੇ ਨਿੱਕੀ ਜੀ ਬ੍ਰੇਕ ਦਾ ਵੇਲਾ ਹੋ ਗਿਆ ਜੀ ਮਿਲਦੇ ਆਂ ਫਿਰ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਵੈਲਿਓ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪੀਟੀਸੀ ਸ਼ੋਕੇਸ ਤੁਸੀਂ ਵੇਖ ਰਹੇ ਹੋ ਤੇ ਅੱਜ ਆਪਾਂ ਮੁਲਾਕਾਤ ਕਰ ਰਹੇ ਜੀ 21 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ਲਕੀਰਾਂ ਦੀ ਸਟਾਰ ਕਾਸਟ ਦੇ ਨਾਲ ਸ਼ਵਿੰਦਰ ਮਹਾਲ ਸਰ ਬੈਠੇ ਨੇ ਜੀ ਤੇ ਹਰਮਨ ਵਰਿਕ ਨਵਾਂ ਚਿਹਰਾ ਬੈਠੇ ਸਾਡੇ ਨਾਲ ਸ਼ਵਿੰਦਰ ਸਰ ਤੁਸੀਂ ਮਤਲਬ ਪੰਜਾਬੀ ਫਿਲਮ ਇੰਡਸਟਰੀ ਵਿੱਚ ਬਹੁਤ ਸਮਾਂ ਹੰਡਾਇਆ ਜੀ ਕਿਨੇ ਉਹ ਦੌਰ ਵੀ ਦੇਖਿਆ ਜਦੋਂ ਫਿਲਮਾਂ ਗਾਇਬ ਹੋ ਗਈਆਂ ਸੀ ਬਣਦੀਆਂ ਤੇ ਫਿਰ ਰੀਬਰਥ ਵੀ ਦੇਖਿਆ ਹੈਗਾ ਤੇ ਇਹ ਸਾਰੇ ਦੌਰ ਦੇ ਵਿੱਚ ਹੁਣ ਨਵੇਂ ਚਿਹਰੇ ਖਾਸ ਤੌਰ ਤੇ ਸਾਹਮਣੇ ਆ ਰਹੇ ਨੇ ਤਾ ਉਹਨਾਂ ਨਾਲ ਕੰਮ ਕਰਨ ਦਾ ਤਜਰਬਾ ਵੱਖਰਾ ਹੈ ਇੱਕ ਆਲਰੇਡੀ ਸਟੈਬਲਿਸ਼ ਜਿੱਦਾਂ ਸਿੰਗਰਸ ਦੀ ਕੈਟਾਗਰੀ ਹੁੰਦੀ ਹੈ ਉਹਨਾਂ ਨਾਲ ਕੰਮ ਕਰਨ ਦਾ ਉਹਨਾਂ ਦੀ ਇੱਕ ਆਲਰੇਡੀ ਫੈਨ ਫਾਲੋਇੰਗ ਹੁੰਦੀ ਹੈ ਉਹ ਵੱਖਰੀ ਹੁੰਦੀ ਹੈ ਸੋ ਇਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਜਿੱਦਾਂ ਹਰਮਨਿਕ ਨਵਾਂ ਚਿਹਰਾ ਸਾਹਮਣੇ ਆਣ ਗਿਆ ਇਸ ਫਿਲਮ ਰਾਹੀਂ ਹੁਣ ਅਗਰ ਕਿਹਾ ਜਾਵੇ ਕਿ ਇਸ ਇਸ ਵਕਤ ਦਲਜੀਤ ਦਸਾਂਝ ਜੀ ਵੈਰੀ ਰੈਨਾਉਂਡ ਵੈਰੀ ਯੂ ਕੈਨ ਸੇ ਹੀ ਇਸ ਦਾ ਮੇਰਾ ਖਿਆਲ ਹੈ ਸੁਪਰਸਟਾਰ ਸੁਪਰਸਟਾਰ ਕਹਿ ਸਕਦੇ ਹੋ ਬਿਲਕੁਲ ਮੇਰੀ ਫਿਲਮ ਸੀਗੀ ਮੇਲ ਕਰਾ ਦੇ ਰੱਬਾ ਉਹਦੇ ਵਿੱਚ ਇੱਕ ਸੀਨ ਸੀ ਉਹ ਲਾਸਟ ਚ ਹਾਕੀ ਲੈ ਕੇ ਆਉਂਦਾ ਹਾਂਜੀ ਹਾਂ ਤੇ ਮੈਂ ਇਹਨੂੰ ਪੁੱਛਿਆ ਗੁਗਨੂ ਨੂੰ ਜਦੋਂ ਅਸੀਂ ਡਬਿੰਗ ਕਰ ਰਹੇ ਸੀ ਮੈਂ ਕਿਹਾ ਇਹ ਕੌਣ ਹੈ ਮੈਨੂੰ ਕਹਿੰਦਾ ਮਾਲ ਸਾਹਿਬ ਇਹ ਤੁਸੀਂ ਦੇਖਿਓ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੀਲ ਪੱਥਰ ਸਾਬਤ ਹੋਏਗਾ ਮੈਂ ਕਿਹਾ ਵੀ ਇਹਨੇ ਐਂਟਰੀ ਦਾ ਬੜੀ ਜ਼ਬਰਦਸਤ ਦਿੱਤੀ ਹੈ ਤੇ ਕਹਿੰਦਾ ਜੀ ਹਾਂ ਬਸ ਅਸੀਂ ਇਹ ਇੱਕ ਸੀਨ ਪਾਇਆ ਹੈ ਤੇ ਇਹਦੇ ਬਾਅਦ ਦੇਖਿਓ ਅੱਛਾ ਮੈਂ ਠੀਕ ਹੈ ਉਸ ਤੋਂ ਬਾਅਦ ਉਹ ਅਗਲੀ ਫਿਲਮ ਦੇ ਵਿੱਚ ਮਨਦੀਪ ਜੀ ਦੀ ਮਨਦੀਪ ਕੁਮਾਰ ਨੇ ਫਿਲਮ ਬਣਾਈ ਸੀ ਜਿਨੇ ਮੇਰਾ ਦਿਲ ਲੁੱਟਿਆ ਹਾਂਜੀ ਉਹਦੇ ਵਿੱਚ ਸਾਡੇ ਨਾਲ ਸੀਗਾ ਉਹ ਬਿਲਕੁਲ ਹੀ ਵਾਸ ਵਨ ਆਫ ਦਾ ਹੀਰੋ ਗਿਪੀ ਸੀ ਜੀ ਗਿਪੀ ਨੇ ਵੀ ਮੇਲ ਕਰਾ ਦੇ ਰੱਬਾ ਦੇ ਵਿੱਚ ਆਪਣੇ ਆਪ ਸਾਬਤ ਕਰ ਦਿੱਤਾ ਸੀਗਾ ਵੀ ਮੈਂ ਵੀ ਆ ਗਿਆ ਸਹੀ ਹੈ ਜੀ ਤੇ ਉਹਦੇ ਵਿੱਚ ਇਹਨਾਂ ਨੇ ਕੀਤਾ ਕਹਿਣ ਦਾ ਮਤਲਬ ਹੈ ਕਿ ਮੇਰਾ ਖਿਆਲ ਨਹੀਂ ਕਿ ਕੋਈ ਹੀਰੋ ਕੋਈ ਰੇਅਰ ਹੀ ਹੀਰੋ ਹੋਣਾ ਜਿਹਦੇ ਨਾਲ ਮੈਂ ਜੇ ਫਿਲਮਾਂ 'ਚ ਕੰਮ ਨਹੀਂ ਕੀਤਾ ਜੀ ਤੇ ਔਰ ਰੀਅਰ ਹੀ ਹੀਰੋਇਨ ਹੋਣੀ ਹੈ ਹਾਂਜੀ ਹੁਣ ਨੀਰੂ ਬਾਜਵਾ ਨਾਲ ਮੈਂ ਪੰਜ ਫਿਲਮਾਂ ਪੰਜ ਫਿਲਮਾਂ ਦੇ ਵਿੱਚ ਉਹਦੇ ਫਾਦਰ ਦਾ ਰੋਲ ਕੀਤਾ ਮੈਂ ਜੀ ਜੀ ਤੇ ਬਾਕੀ ਸਾਰੇ ਸਿੰਗਰ ਔਰ ਮੈਨੂੰ ਇੱਕ ਚੰਗਾ ਲੱਗਦਾ ਹੈ ਕਿ ਸਿੰਗਰ ਅੱਛੇ ਐਕਟਰ ਸਾਬਿਤ ਹੋ ਰਹੇ ਨੇ ਬਿਲਕੁਲ ਜੀ ਪਰ ਬਹੁਤ ਵਾਰ ਇੱਕ ਕੁਐਸਚਨ ਪੁੱਛੇ ਜਾਂਦੇ ਨੇ ਇਸ ਤੋਂ ਪਹਿਲਾਂ ਕਿ ਤੁਸੀਂ ਮੈਨੂੰ ਪੁੱਛੋ ਤੇ ਮੈਂ ਹੀ ਜਵਾਬ ਦੇ ਦਿੰਨਾ ਹੈ ਹਾਂਜੀ ਕਿ ਵੀ ਐਕਟਰ ਜਿਹੜੇ ਹੈਗੇ ਆ ਇਕਿਆ ਸਿੰਗਰ ਹੀ ਹੀਰੋ ਆਉਣਗੇ ਉਹਦੇ ਵਿੱਚ ਕੀ ਹੈ ਜਿਹੜੀਆਂ ਸਾਡੀਆਂ ਪੰਜਾਬੀ ਫਿਲਮਾਂ ਅੱਜ ਵੀ ਮਹਿਸੂਸ ਕਰਦੀਆਂ ਨੇ ਕਿ ਸਾਡੀ ਫਿਲਮ ਸੇਫ ਰਹੇ ਜੀ ਉਹ ਸੇਫ ਹੋ ਸਮਝਦੇ ਨੇ ਕਿ ਜੇ ਅਸੀਂ ਸਿੰਗਰ ਲੈ ਲਿਆ ਸਾਡਾ 뮤직 ਫ੍ਰੀ ਹੋ ਜਾਣਾ ਹੈ ਬਿਲਕੁਲ ਉੱਥੋਂ ਕੁਝ ਨਾ ਕੋਈ ਸਾਨੂੰ ਮਿਲ ਜਾਣਾ ਹੈ ਐਗਜ਼ੈਕਟਲੀ ਠੀਕ ਹੈ ਨਾ ਔਰ ਅਗਰ ਇੱਕ ਅੱਛਾ ਐਕਟਰ ਸਾਬਤ ਹੋ ਗਿਆ ਔਰ ਫਿਲਮ ਹਿੱਟ ਹੋ ਗਈ ਤੇ ਅਸੀਂ ਕੁਝ ਕਮਾ ਵੀ ਜਾਵਾਂਗੇ ਪਕੇ ਲੇਕਿਨ ਇਹ ਜ਼ਰੂਰੀ ਹੈ ਕਿ ਫਿਲਮਾਂ ਸਾਨੂੰ ਚੰਗੀਆਂ ਬਣਾਉਣੀਆਂ ਚਾਹੀਦੀਆਂ ਸਾਡੇ ਮੇਕਰਜ਼ ਨੂੰ ਤੇ ਐਸ ਫਿਲਮ ਦੇ ਵਿੱਚ ਲਕੀਰਾਂ ਦੇ ਵਿੱਚ ਹਰਮਨ ਨੂੰ ਮੈਂ ਜਦੋਂ ਮਿਲਿਆ ਮੈਂ ਦੇਖਿਆ ਇਹ ਚੁੱਪ-ਚੁੱਪ ਰਹਿੰਦਾ ਮੈਂ ਇਹਨੂੰ ਕਈ ਵਾਰ ਬੋਲਿਆ ਵੀ ਮੈਂ ਕਿਹਾ ਬੱਚੂ ਗੱਲ ਕਰਿਆ ਕਰ ਪਰ ਇਹਨਾਂ ਮਹਿਸੂਸ ਨਹੀਂ ਸਾਨੂੰ ਹੋਣ ਦਿੱਤਾ ਕਿ ਵੀ ਨਵਾਂ ਕਿਉਂਕਿ ਬਾਕਾਇਦਾ ਸਿੱਖਿਆ ਆਇਆ ਸੀ। ਚਲੋ ਤੁਹਾਡੇ ਨਾਲ ਤਾਂ ਕੰਫਰਟੇਬਲ ਹੀ ਹੋਣਗੇ ਪਰ ਇਹਨਾਂ ਤੋਂ ਪੁੱਛ ਲੈਣਾ ਆਪਣੀ ਹੀਰੋਇਨ ਨਾਲ ਵੀ ਕੰਫਰਟੇਬਲ ਸੀਗੇ। ਹਾਂਜੀ ਉਹ ਬਾਰੇ ਦੱਸੋ ਸਾਨੂੰ ਕੁਝ ਕਿੱਦਾਂ ਦਾ ਤੁਹਾਡਾ ਐਕਸਪੀਰੀਅੰਸ ਹੈ ਜਿੱਦਾਂ ਸਰ ਨੇ ਆਪਣੇ ਤਜਰਬੇ ਸਾਂਝੇ ਕੀਤੇ ਹੈਗੇ ਕਿ ਨਹੀਂ ਖੱਟੇ ਮਿੱਠੇ ਜਦੋਂ ਨਵਾਂ ਨਵਾਂ ਕੋਈ ਹੈ। ਪਹਿਲਾਂ ਸਰ ਜੀ ਦਾ ਕਹਿੰਦੇ ਮੈਂ ਚੁੱਪਚੁੱਪ ਰਹਿੰਦਾ ਸੀਗਾ। ਐਕਚੁਅਲੀ ਮੈਂ ਚੁੱਪਚੁੱਪ ਤਾਂ ਰਹਿੰਦਾ ਸੀਗਾ ਜਿੱਦਾਂ ਆਬਵੀਅਸਲੀ ਮੇਰਾ ਫਸਟ ਟਾਈਮ ਸੀਗਾ। ਸਰ ਹੁਣੇ ਸਾਰੇ ਹੁਣੇ ਇੰਨੇ ਉੱਥੇ ਸੀਨੀਅਰ ਮੇਰੇ ਐਕਟਰਸ ਏ ਬਸ ਚੁੱਪ ਕਰਕੇ ਸਾਈਡ ਤੇ ਦੇਖੀ ਜਾਣਾ ਕਿਉਂਕਿ ਆਬਵੀਅਸਲੀ ਫਸਟ ਟਾਈਮ ਮੇਰਾ ਮੈਂ ਦੇਖੀ ਜਾਣਾ ਅੱਛਾ ਇਦਾਂ ਹੁੰਦੀ ਹੈ ਯੂਵਿਕਾ ਚੌਧਰੀ ਜੀ ਨੇ ਹਾਂ ਜੀ ਸ਼ੀ ਇਜ਼ ਵੈਰੀ ਗੁੱਡ ਮਤਲਬ ਇਨੇ ਡਾਊਨ ਟੂ ਵਰਥ ਮੈਂ ਨਾ ਫਸਟ ਟਾਈਮ ਜਦੋਂ ਮਿਲਿਆ ਸੀਗਾ ਮੇਰਾ ਪਹਿਲਾ ਸੀਨ ਸੀਗਾ ਕਾਰ ਚ ਕੋਈ ਸੀਨ ਸੀਗਾ ਉਹ ਚਲੋ ਕੁਦਰਤੀ ਹੋ ਗਿਆ ਡਿਲੇ ਹੋ ਗਿਆ ਤੇ ਅਸੀਂ ਦੋਨੋਂ ਕਾਰ 'ਚ ਇਕੱਲੇ ਬੈਠੇ ਰਹੇਗੇ ਉਹਨਾਂ ਨਾਲ ਗੱਲਾਂ ਕਰ ਕਰਕੇ ਉਹ ਤੇ ਕਾਫੀ ਓਪਨ ਅਪ ਹੋ ਗਿਆ ਸੀਗਾ ਟੂ ਬੈਟਰ ਮੇ ਹੋ ਗਿਆ ਕਾਫੀ ਤੇ ਕਾਫੀ ਵਧੀਆ ਫਰੈਂਡਸ਼ਿਪ ਹੋ ਗਈ ਸਾਡੀ ਵੀ ਤੇ ਥਰੂਆਊਟ ਸ਼ੀ ਹੈਲਪਡ ਮੀ ਅ ਲੋਟ ਤੇ ਵਧੀਆ ਰਹਿ ਕਾ ਕੋਈ ਐਦਾਂ ਦਾ ਸੀਨ ਜਦੋਂ ਤੁਹਾਨੂੰ ਬਹੁਤ ਮਤਲਬ ਤੁਸੀਂ ਸਿਚੁਏਸ਼ਨ ਚ ਫਸ ਗਏ ਹੋ ਯਾਰ ਆ ਬਹੁਤ ਟਫ ਹੈ ਹੁਣ ਮੈਂ ਕਿਹਨੂੰ ਪੁੱਛਾਂ ਕਿਹਨੂੰ ਨਾ ਪੁੱਛਾਂ ਕੋਈ ਐਦਾਂ ਦੀ ਗੱਲ ਹੋਈ ਹੋਵੇ ਤੁਹਾਡੇ ਉਦੋਂ ਟਫ ਸੀਨ ਮੈਨੂੰ ਕਲਾਈਮੈਕਸ ਹੀ ਸੀਗਾ ਉੱਥੇ ਰੋਣਾ ਸੀਗਾ ਹਾਂ ਤੇ ਆਬਵੀਅਸਲੀ ਪਹਿਲੋ ਪਹਿਲੋ ਤਾਂ ਮੈਂ ਜਸਟ ਸਟਾਰਟਿੰਗ ਕੀਤੀ ਸੀ ਕਿ ਮੈਂ ਆਉਣਾ ਸਿੱਧਾ ਸਮਾਈਲ ਹੋਣਾ ਸਰ ਭੂਪੀ ਸਰ ਨੇ ਕਿਹਾ ਚਲ ਰੋਣਾ ਹੁਣ ਆਸ ਕੋ ਇਮੋਸ਼ਨ ਸੀਨ ਆ ਮੈਂ ਕਿਹਾ ਯਾਰ ਰਾਤ ਤੱਕ ਆ ਮੌਕਾ ਇਹਨੂੰ ਕਿੱਦਾਂ ਕਰਾਂ ਫਿਰ ਹੌਲੀ ਹੌਲੀ ਸਿੱਖਿਆ ਮੈਂ ਹੁਣ ਇੱਕ ਇਮੋਸ਼ਨਲ ਸੀਨ ਸੀਗਾ ਸਾਡਾ ਮੈਂ ਸਵੇਰ ਤੋਂ ਲੈ ਕੇ ਵੇਖ ਰਾਂਤ ਰਾਤ ਨੂੰ ਸ਼ੂਟ ਸੀਗਾ ਸਾਡਾ ਸਵੇਰ ਤੋਂ ਲੈ ਕੇ ਰਾਤ ਤੱਕ ਮੈਂ ਖਲ ਮੈਂ ਰੂਮ ਚ ਹੀ ਬੰਦ ਸੀਗਾ ਹੈਡਫੋਨ ਲਾਈਵ ਹੋਏ ਸੈਡ Song ਸੁਣੀਆ 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 ਉਹ ਵਧੀਆ ਫੀਲ ਬਣ ਜਾਂਦੀ ਆ ਮੈਂ ਟ੍ਰਾਈ ਲੋਕੀ ਕਹਿੰਦੇ ਸੀਗੇ ਮੈਂ ਕਿਹਾ ਜੋ ਟ੍ਰਾਈ ਕਰਕੇ ਦੇਖਦਾ ਓਕੇ ਟ੍ਰਾਈ ਕੀਤਾ ਐਂਡ ਇਟ ਵਰਕਡ ਕਵਾਈਟ ਵੈਲ ਤੇ ਸੀਨ ਵੀ ਕਾਫੀ ਮੇਕਅਪ ਪਿੱਲੇ আর ਦੂਜੀ ਟੈਕ ਚੀਜ਼ ਸਹੀ ਹੋ ਗਿਆ ਸੀ ਜ਼ਰਾ ਓਕੇ ਨਾਈ ਸਰ ਲੋਕੇਸ਼ਨਸ ਫਿਲਮ ਦੀ ਕਿੱਥੇ ਕਿੱਥੇ ਸ਼ੂਟ ਹੋਈਆਂ ਨੇ ਲੋਕੇਸ਼ਨਸ ਸਾਡੀਆਂ ਬਹੁਤ ਨੇ ਮੈਂ ਹੁਣ ਗਿਣਨ ਲੱਗਾਗਾ ਤੇ ਜ਼ਿਆਦਾ ਹੋਏਗਾ ਅਸੀਂ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਦੀ ਮਤਲਬ ਸਿਚੁਏਸ਼ਨ ਸੀ ਅਕੋਰਡਿੰਗ ਟੂ ਸੀਨਸ ਅਕੋਰਡਿੰਗ ਟੂ ਸਿਚੁਏਸ਼ਨ ਕਹਾਣੀ ਦੇ ਮੁਤਾਬਕ ਇਹਨਾਂ ਨੇ ਉਹ ਲੋਕੇਸ਼ਨਜ਼ ਰੱਖੀਆਂ ਜਿਹੜੀਆਂ ਰਿਕੁਆਇਰਡ ਸੀਗੀਆਂ ਹੋਣੀਆਂ ਵੀ ਚਾਹੀਦੀਆਂ ਸੀ ਸੋ ਲੋਕੇਸ਼ਨਜ਼ ਸਾਡੀਆਂ ਇੱਕ ਨਹੀਂ ਦੋ ਨਹੀਂ ਐ ਬਾਹਰ ਵੀ ਕਰਕੇ ਆਏ ਐ ਫੋਰਨ ਵੀ ਜਾ ਕੇ ਆਏ ਐ ਅਕੋਰਡਿੰਗ ਟੂ ਦਾ ਜਿਸ ਤਰ੍ਹਾਂ ਸongs ਕੀਤੇ ਨੇ ਇਹਨਾਂ ਨੇ ਤੇ ਸੋਕੀ ਕਮੀ ਪੇਸ਼ੀ ਨਹੀਂ ਆਈ ਲੋਕੇਸ਼ਨਸ ਬਾਰੇ ਅਲਰਾਇਟ ਤੇ ਤੁਸੀਂ ਕੋਈ ਇੱਕ ਇਦਾਂ ਦਾ ਡਾਇਲੋਗ ਹੈਗਾ ਜਿਹੜਾ ਕਿ ਤੁਹਾਨੂੰ ਚੇਤਾ ਹੋਵੇ ਹਲੇ ਵੀ ਜ਼ੈਨ ਵਿੱਚ ਆਉਂਦਾ ਹੋਵੇ ਯਾਰ ਆਹ ਡਾਇਲੋਗ ਤਾਂ ਮੈਨੂੰ ਫਿਲਮ ਦਾ ਬੜਾ ਕੈਂਟ ਲੱਗਦਾ ਹੈ ਬਿਲਕੁਲ ਜੀ ਬਿਲਕੁਲ ਹਾਂ ਜੀ ਆਪਣਾ ਤੁਸੀਂ ਟ੍ਰੇਲਰ ਦੇਖਿਆ ਹੋਊਗਾ ਸਾਰਿਆਂ ਨੇ ਉਹ ਚ ਸਸਪੈਂਸ ਹੈ ਜਦੋਂ ਹਰਮਨ ਮੇਰਾ ਨਾਮ ਮੂਵੀ ਚ ਵੀ ਹਰਮਨ ਹੈ ਤੇ ਇਹ ਵੀ ਕਹ ਜੀ ਦਾ ਨਾਮ ਹੈਗਾ ਰੂਪ ਮਾਨੂੰ ਕੋ ਜਾਣਦਾ ਹੈ ਤੇ ਕਹਿੰਦਾ ਹੈ ਜੋ ਵੀ ਤੁਹਾਡੇ ਵਿੱਚ ਹੋ ਰਿਹਾ ਹੈ ਉਹ ਤੁਹਾਡੇ ਵਾਸਤੇ ਨਹੀਂ ਤੇ ਜੋ ਵੀ ਮੇਰੇ ਵਿੱਚ ਹੋ ਰਿਹਾ ਹੈ ਉਹ ਮੇਰੇ ਵਾਸਤੇ ਹੈ ਜੋ ਵੀ ਆਪਣੇ ਪਿਛੋੜ ਹੈ ਕਿ ਆਪੋ ਤਾਂ ਜ਼ਿੰਦਗੀ ਦੀ ਦਮੀ ਸ਼ੁਰੂਆਤ ਨਹੀਂ ਕਰ ਸਕਦੇ ਬਸ ਠੱਠੀ ਹਾਂ ਤੇ ਮੇਰੀ ਜ਼ਿੰਦਗੀ ਖੜੀ ਨਹੀਂ ਹੁੰਦੀ ਹੁਣ ਆ ਜਦੋਂ ਤੁਸੀਂ ਦੇਖਦੇ ਹੋ ਡਾਇਲੋਗ ਇਹ ਕੀ ਹੋ ਰਿਹਾ ਉਹਦੀ ਲਾਈਫ ਚ ਤੇ ਕੀ ਹੋ ਰਿਹਾ ਮੇਰੀ ਲਾਈਫ ਚ ਸੋ ਦੋਸਤੋ ਆ ਫਿਲਮ ਦੇ ਵਿੱਚ ਇੱਕ ਹੋਰ ਨਵੀਂ ਚੀਜ਼ ਦੇਖਣ ਨੂੰ ਮਿਲਦੀ ਆ ਹਰਮਨ ਦੇ ਨਾਲ ਨਾਲ ਕੀ ਐब्स ਨਜ਼ਰ ਆ ਰਹੇ ਨੇ ਹਰਮਨ ਨੇ ਕਿ ਨਹੀਂ ਆਪਣੀ ਬੋਡੀ ਤੇ ਵੀ ਕੰਮ ਕੀਤਾ ਮੁੰਡੇ ਨੇ ਜੀ ਤਾਂ ਉਹਨਾਂ ਵਾਰੀ ਵੀ ਪੁੱਛਾਂਗੇ ਕਿ ਉਹ ਜਿਹੜੀ ਮਿਹਨਤ ਕਰੀ ਆ ਕਿਉਂਕਿ ਪੰਜਾਬੀ ਇੰਡਸਟਰੀ ਦੇ ਵਿੱਚ ਆਪਾਂ ਐਦਾਂ ਜਿਹੜੇ ਐਪਸ ਵਾਲੇ ਸੀਨ ਹੈਗੇ ਨੇ ਖਾਸ ਤੌਰ ਤੇ ਬੇਅਰ ਬੋਡੀ ਜਿਹੜੀ ਹੈਗੀ ਆ ਉਹ ਬਹੁਤ ਘੱਟ ਨਜ਼ਰ ਆਉਂਦੀ ਆ ਇਹਦੇ ਬਾਰੇ ਵੀ ਗੱਲ ਕਰਦੇ ਆ ਤੇ 뮤직 ਬਾਰੇ ਵੀ ਆਪਾਂ ਗੱਲ ਕਰਾਂਗੇ ਨਿੱਕੀ ਜੀ ਇੱਕ ਹੋਰ ਬ੍ਰੇਕ ਬਸ ਆਪਾਂ ਹੁਣੇ ਗਏ ਤੇ ਹੁਣੇ ਮਿਲਦਾ ਜੀ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਮੇਤੋ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪੀਟੀਸੀ ਸ਼ੋਕਸ ਨੂੰ ਤੁਸੀਂ Enjoy ਕਰ ਰਹੇ ਹੋ ਸ਼ੋਅ ਨੂੰ ਤੇ ਅੱਪਾ ਅੱਜ ਮਲਾਕਾਤ ਕਰ ਰਹੇ ਹਾਂ ਜੀ ਲਕੀਰਾ ਜਿਹੜੀ ਕਿ 21 ਤਰੀਕ ਨੂੰ 21 ਅਕਤੂਬਰ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ ਉਹਦੀ ਸਟਾਰ ਕਾਸਟ ਦੇ ਨਾਲ ਹਰਮਨ ਵਰਕ ਤੇਸ਼ਵਿੰਦਰ ਮਹਾਲਸਰ ਦੇ ਨਾਲ ਹਰਮਨ ਬ੍ਰੇਕ ਤੋਂ ਪਹਿਲਾਂ ਮੈਂ ਤੁਹਾਡੀ ਬੋਡੀ ਦੇ ਉੱਤੇ ਗੱਲ ਛੱਡ ਕੇ ਗਿਆ ਸੀ ਕਿ ਜਿਹੜੇ ਅੱਜਕੱਲ ਫਿਜ਼ੀਕ ਬਣਾਉਣ ਦੇ ਚੱਕਰਾਂ ਵਿੱਚ ਸਾਰੇ ਜਣੇ ਲੱਗੇ ਹੋਏ ਨੇ ਤਾਂ ਆਬਵੀਅਸਲੀ ਚੰਗੀ ਗੱਲ ਵੀ ਹੈਗੀ ਐ ਤੇ ਪਰ ਪੰਜਾਬੀ ਫਿਲਮ ਇੰਡਸਟਰੀ ਵਿੱਚ ਸਰ ਬੇਅਰ ਬਾਡੀ ਬਹੁਤ ਘੱਟ ਸੀਨ ਹੁੰਦੇ ਨੇ ਤੇ ਉਹਨੂੰ ਚੰਗੇ ਢੰਗ ਨਾਲ ਪੇਸ਼ ਕਰਨਾ ਇਹ ਵੀ ਇੱਕ ਚੈਲੰਜ ਹੁੰਦਾ ਮੇਰੇ ਖਿਆਲ ਵਿੱਚ ਟੈਕਨੀਕਲੀ ਤੇ ਉਹ ਚੰਗਾ ਵੀ ਲੱਗੇ ਦੇਖਣ ਨੂੰ ਤੇ ਬਖੋ ਵੀ ਬਹੁਤ ਵਧੀਆ ਲੱਗ ਰਹੇ ਤੁਸੀਂ ਕਿ ਨਹੀਂ ਪ੍ਰੋਮੋਸ ਦੇ ਵੀ ਜਿਹੜੇ ਸ਼ਾਰਟ ਲਏ ਨੇ ਤਾਂ ਬਾਡੀ ਤੇ ਜਿਹੜਾ ਕੰਮ ਕੀਤਾ ਤੁਸੀਂ ਨੇ ਡਾਈਟ ਮੇਨਟੇਨ ਕਰਨੀ ਪੈਂਦੀ ਆ ਸਟਿਕ ਆਪਣੇ ਆਪ ਨੂੰ ਸਟਿਕਨੈਸ ਵਰਤਣੀ ਪੈਂਦੀ ਆ ਉਹ ਕਿਦਾਂ ਫਿਰ ਕੀਤਾ ਸਾਰਾ ਬਾਡੀ ਜਿਹੜੇ ਤੁਸੀਂ ਕਿਹਾ ਬੇਅਰ ਸ਼ਾਟਸ ਬਹੁਤ ਘੱਟ ਆਏ ਨੇ ਪੰਜਾਬੀ ਪੰਜਾਬੀ ਸਿਨੇਮਾ 'ਚ ਤੇ ਬਾਡੀ ਮੈਂ ਅਜੇ ਤੱਕ ਨਹੀਂ 3 ਐਂਡ ਹਾਫ ਇਅਰਸ ਹੋ ਗਏ ਮੈਨੂੰ ਜਿਮ ਲਾਉਂਦੇ ਰਹਿੰਦੇ ਤੇ ਜਿਹੜੀ ਡਾਈਟ ਐ ਮੈਂ ਇਨਾ ਕੰਪਲੀਕੇਟ ਕਰਦਾ ਨਹੀਂ ਲੋਕੀ ਕਹਿੰਦੇ ਯਾਰ ਤੁਸੀਂ ਬ੍ਰੋਕਲੀ ਖਾਣੀ ਚਿਕਨ ਖਾਣੀ ਚਿਕਨ ਖਾਣਾ ਬ੍ਰੋਕਲੀ ਖਾਣੀ ਬਸ ਤਾਂ ਤੁਹਾਡੀ ਬਾਡੀ ਬਣਦੀ ਐ ਜੀ ਮੈਂ ਇੰਗਲੈਂਡ ਜਾ ਕੇ ਪੜ੍ਹਿਆ ਸੀ ਮੈਂ ਕੋਰਸ ਕੀਤਾ ਸੀ ਬਾਡੀ ਬਿਲਡਿੰਗ ਤੇ ਵੀ ਜਸਟ ਮੈਕਰੋਸ ਹੁੰਦੇ ਐ ਕਿ ਤੁਸੀਂ ਕਿੰਨੇ ਕਾਰਬਸ ਖਾਣਨੇ ਕਿੰਨੇ ਪ੍ਰੋਟੀਨ ਖਾਣਾ ਕਿੰਨਾ ਫੈਟ ਖਾਣਾ ਮਤਲਬ ਯੂ ਕੈਨ ਮੈਂ ਇਵਨ ਚਾਕਲੇਟਸ ਖਾਣ ਦਾ ਦਿੰਦੀ ਆ ਹਾਂ ਹਾਂ ਮਤਲਬ ਉਹ ਫਿਟ ਕਰਦਾ ਮੈਕਰੋਸ ਮੈਂ ਆਖਦੀ ਗੱਲ ਨਹੀਂ ਸੱਚੀ ਖਾਂਦਾ ਮੈਂ ਐਂਡ ਲ ਆ ਜਸ ਫੋਲੋ ਦਿਸ ਸਾਰੇ ਚਾਹੁੰਦੇ ਵੀ ਹੋਰਾਂ ਦੀ ਬਾਡੀ ਨਾ ਬਣੇ ਅੱਜ ਵੀ ਲੈਂਦੇ ਇਹ ਵੀ ਤਾਂ ਚੱਕਰ ਕਿਤੇ ਸਹੀ ਗੱਲ ਹੈ ਮੈਂ ਚਾਕਲੇਟ ਅੱਜ ਵੀ ਲੈਂਦੇ ਲੈਂਦੇ ਮੈਂ ਹੁਣ ਹੀ ਖਾ ਲੈਂਦਾ ਜੀ ਮੈਂ ਬਸ ਮੈਂ ਬਾਅਦ ਵਿੱਚ ਇੱਕ ਮੇਰੇ ਪਾਸ ਤੇ ਮੈਂ ਵੀ ਸ਼ੁਰੂ ਕਰਾਂ ਤੇ ਅਸੀਂ ਵੀ ਜਿਮ ਬਣਾਉਣੇ ਆ ਬਾਡੀ ਸ਼ਾਡੀ ਹਾਂਜੀ ਅਰਾਊਂਡ 2700 ਕੈਲਰੀਜ਼ ਖਾਂਦਾ ਮੈਂ ਦਿਨ ਦੀਆਂ ਸਿੰਪਲ ਲਾਈਫ ਰੱਖੋ ਆਹਾਂ ਤੇ ਇੰਜੋਏ ਕਰੋ ਹੋਰ ਮੈਂ ਕੀ ਕਹਿ ਸਕਦਾ ਤੇ ਉਹ ਚ ਹੁਣ ਜਿਹੜਾ ਸੌਂਗ ਆਇਆ ਓਕੇ ਹਾਂਜੀ ਉਹ ਚ ਜਿਹੜੇ ਤੁਸੀਂ ਮੇਰੇ ਆਪਸ ਦੇਖੋਗੇ ਇਟਸ ਲੁਕਿੰਗ ਕਿ ਡਿਟ ਕਲੀਅਰ ਲੱਗ ਰਿਹਾ ਮਤਲਬ ਮੈਂ ਵੀ ਦੇਖ ਕੇ ਮੈਨੂੰ ਕਈ ਵਾਰ ਲੱਗਾ ਅਨਰੀਅਲ ਐ ਬਟ ਇਟਸ ਵੈਰੀ ਅਨ ਹੈਲਥੀ ਉਹ ਤੋਂ ਤੇ ਆਸਕ ਕਰਨੇ ਮੈਂ ਉਸ ਜਿਹੜਾ ਉਹ ਪਾਰਟਿਕੂਲਰ ਸ਼ਾਟ ਸੀਗਾ ਦੋ ਦਿਨ ਪਾਣੀ ਨਹੀਂ ਪੀਤਾ ਸੀ ਮੈਂ ਉਹਦੇ ਲਈ ਹਮ ਹਮ ਮਤਲਬ ਆਮ ਵਾਸ ਡਾਂਸਿੰਗ ਉਹ ਗਾਣੇ ਤੇ ਦੇਖ ਰਿਹਾ ਮੈਂ ਡਾਂਸ ਕੀਤਾ ਸੀਗਾ ਆਈ ਵਾਸ ਸਵੇਟਿੰਗ ਮੈਂ ਸਵੇਟ ਵੀ ਕਰਦਾ ਸੀਗਾ ਪਰ ਮੈਂ ਪਾਣੀ ਨਹੀਂ ਪੀਤਾ ਲਿਟਰਲੀ ਉਹ ਲੋਕੀ ਕਹਿੰਦੇ ਸੀ ਪੀਲਾ 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 ਪਰ ਹੁਣ ਜਦੋਂ ਬਣ ਗਈ ਵੀਡੀਓ ਉਹ ਤਾਂ ਵੀਡੀਓ ਫੋਰਐਵਰ ਰਹੇਗੀ ਨਾ ਕੀ ਬਾਤ ਹੈ ਹੁਣ ਤਾਂ ਮੈਂ ਪਾਣੀ ਦੇ ਫੱਟੇ ਚੱਕੀ ਆਂ ਸਰ ਆਪਣਾ ਲੋਕੇਸ਼ਨ ਦੀ ਆਪਣੀ ਗੱਲ ਵਿੱਚ ਰਹਿ ਗਈ ਸੀ ਕਿ ਨਹੀਂ ਵੀ ਲੋਕੇਸ਼ਨ ਜਿਹੜੀਆਂ ਬਾਹਰ ਰਹੀਆਂ ਹੈਗੀਆਂ ਨੇ ਉਹ ਕਿਹੜੀ ਕਿਹੜੀ ਸਟੇਟ ਜਾਂ ਸਿਟੀ ਵਿੱਚ ਗਏ ਨੇ ਆਪਾਂ ਉਹਦੇ ਬਾਰੇ ਮੇਰਾ ਖਿਆਲ ਹੈ ਹਰਮਨ ਹੀ ਦੱਸੇ ਤਾਂ ਜ਼ਿਆਦਾ ਬੈਟਰ ਰਹੇ ਹਾਂਜੀ ਹਾਂਜੀ ਲੋਕੇਸ਼ਨਸ ਤਾਂ ਅਸੀਂ ਕਾਫੀ ਲੋਕੇਸ਼ਨ ਨੇ ਮੂਵੀ ਦੀਆਂ ਆਪ ਅਸੀਂ ਚੰਡੀਗੜ੍ਹ ਦੇ ਆਊਟਸਕਰਟਸ ਕਿਤਿਆਂ ਨੇ ਵਿਲੇजेस ਐਂਡ ਜਲੰਧਰ ਦੇ ਆਊਟਸਕਰਸ ਵੀ ਕੀਤੇ ਆ ਨੇ ਐਂਡ ਕਸ਼ਮੀਰ ਚ ਗਾਣਾ ਸ਼ੂਟ ਕੀਤਾ ਨਿਮਾ ਨਿਮਾ ਮਨ ਕਲ ਪਹਿਲੀ ਪੰਜਾਬੀ ਮੂਵੀ ਹੈ ਜਿਹੜਾ ਕਸ਼ਮੀਰ ਸ਼ੂਟ ਕੀਤਾ ਗਾਣਾ ਸਰਦੋਂ ਤੇ ਲੈ ਕੇ ਜਾਣ ਹੀ ਹੋਇਆ ਕਿਸਾਨ ਨੇ ਨਿਮਾ 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 ਸਰ ਨਾਲ ਹੋਣਾ ਨਹੀਂ ਸੀ ਮੇਰੇ ਕੋਲ ਹਾਂ ਉਹ ਤੇ ਰੋਮਾਂਟਿਕ ਗਾਣਾ ਗਾਇਆ ਹੋਇਆ ਨਿਮਾ ਨਿਮਾ ਸਰ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋ ਅੱਜ ਹੁਣ ਪੰਜਾਬੀ ਇਨਫੈਕਟ ਬਾਲੀਵੁੱਡ ਦੀਆਂ ਫਿਲਮਾਂ ਦੇ ਨਾਂ ਆਪਣੀਆਂ ਪੰਜਾਬੀ ਗਾਣੇ ਦੇ ਉੱਤੇ ਰੱਖੇ ਜਾ ਰਹੇ ਤੂ ਤਕ ਤੂ ਤਕ ਤੂਤੀਆਂ ਪਿੱਛੇ ਜਾਇਆ ਹੈਗਾ ਸੋ ਇਸ ਫਿਲਮ ਦਾ ਮਿਊਜ਼ਿਕ ਜਿਹੜਾ ਹੈਗਾ ਇਹਨੂੰ ਵੀ ਅਸੀਂ ਨਾਲ ਰਿਲੇਟ ਕਰਾਂਗੇ ਆਪਾਂ ਨਹੀਂ ਇਹ ਮਿਊਜ਼ਿਕ ਬਹੁਤ ਅੱਛਾ ਹੈ ਹਾਂ ਲਾਈਨਾਂ ਬਹੁਤ ਅੱਛੀਆਂ ਹਨ ਪੋਇਟਰੀ ਇਜ਼ देयर ओके ਅਕੋਰਡਿੰਗ ਟੂ ਜੋ ਸੀਨਸ ਹੈ ਕੋ ਕਹਾਣੀ ਹੈ ਹਾਂਜੀ ਉਹ ਬੋਲਦੀ ਹੈਗੀ ਹੈ ਮਿਊਜ਼ਿਕ ਦੇ ਵਿੱਚ ਪੋਇਟਰੀ ਵਿੱਚ ਵੀ ਉਹ ਦੱਸਦੀ ਜ਼ਾਇਰ ਕਰਦੀ ਹੈ ਔਰ ਅੱਛਾ ਮਿਊਜ਼ਿਕ ਹੋਇਆ ਅੱਛੇ ਸ਼ੂਟ ਹੋਏ ਨੇ ਗਾਣੇ ਜੀ ਔਰ ਹਰ ਤਰ੍ਹਾਂ ਦਾ ਹਰ ਪੱਖ ਔਰ ਮੈਂ ਇਹੀ ਕਹਾਂਗਾ ਕਿ ਇਹ ਪਰਿਵਾਰਿਕ ਫਿਲਮ ਹੈ ਪੂਰਾ ਪਰਿਵਾਰ ਬੈਠ ਕੇ ਦੇਖ ਸਕਦਾ ਹੈ ਦੇਖੇਗਾ ਦੇਖਣੀ ਚਾਹੀਦੀ ਹੈ ਜੀ ਔਰ ਇੰਜੋਏ ਕਰੇਗਾ ਔਰ ਮਹਿਸੂਸ ਕਰੇਗਾ ਸਾਡੇ ਕਲਚਰ ਨੂੰ ਕਿਉਂਕਿ ਇਹਦੇ ਵਿੱਚ ਹਰ ਚੀਜ਼ ਬੜੀ ਖੂਬਸੂਰਤੀ ਦੇ ਨਾਲ ਦਰਸ਼ਾਈ ਗਈ ਹੈ ਕੀ ਬਾਤ ਹੈ ਜੀ ਹਰਮਨ ਸ਼ਵਿੰਦਰ ਸਰ ਤਾਂ ਬੈਠੇ ਹੈਗੇ ਨੇ ਫਿਲਮ ਦਾ ਹਿੱਸਾ ਬਹੁਤ ਵੱਡਾ ਹਿੱਸਾ ਹੈਗੇ ਨੇ ਹੋਰ ਕਿਹੜੇ ਕਿਹੜੇ ਐਕਟਰਸ ਹੈਗੇ ਨੇ ਜਿਹੜੇ ਪੰਜਾਬੀ ਓਬਵੀਅਸਲੀ ਟ੍ਰੇਲਰ ਵਿੱਚ ਤੁਸੀਂ ਦੇਖਿਆ ਬੀਨ ਸਰ ਹੈਗੇ ਨੇ ਮਲਕੀਤ ਰੌਣੀ ਭਾਜੀ ਹੈਗੇ ਨੇ ਹਾਂ ਜੀ ਹਾਂ ਕਿਹੜੇ ਕਿਹੜੇ ਹੈਗੇ ਨੇ ਜਿਨ੍ਹਾਂ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਨ ਸਾਰੇ ਸੀਨੀਅਰ ਐਕਟਰਸ ਨੂੰ ਮੈਂ ਹਰ ਕਿਸੇ ਤੋਂ ਕੁਛ ਨਾ ਕੁਝ ਗੈਸਪੰਦੀ ਨਾ ਕੋਸ਼ਿਸ਼ ਕਰਦਾ ਸੀ ਮਤਲਬ ਇਹਨਾਂ ਤੋਂ ਕੁਝ ਲੈ ਲਵਾਂ ਉਹਨਾਂ ਤੋਂ ਕੁਝ ਲੈ ਲਵਾਂ ਮੈਂ ਆਈ ਯੂਸ ਟੂ ਜਸ ਸਿਟ ਦੇਰ ਐਂਡ ਵਾਚ ਕਰਦਾ ਸੀ ਕਿ ਇਹਨਾਂ ਦਾ ਕਿੱਦਾਂ ਰੋਲ ਚੱਲ ਰਿਹਾ ਹੁਣ ਮੈਂ ਸ਼ਵਿੰਦਰ ਸਰ ਦੀ ਗੱਲ ਦੱਸਦਾ ਹਾਂ ਹਾਂ ਮਤਲਬ ਕਮਾਲ ਨੇ ਅੱਛਾ ਹਰਮਨ ਦੀ ਜਿਹੜੀ ਮਿਹਨਤ ਹੈਗੀ ਆ ਜੀ ਤੁਸੀਂ 올 ਇਨ 올 ਕੁਝ ਇੱਕ ਨਵਾਂ ਚਿਹਰਾ ਹੋ ਮਿਹਨਤ ਨੂੰ ਦੇਖਿਆ ਨੇ ਦੇ ਕੰਮ ਨੂੰ ਦੇਖਿਆ ਕਿ ਨਹੀਂ ਮਤਲਬ ਜੈਨੂਨ ਵੇ ਨਾਲ ਜੇ ਸਾਰੀ ਆਡੀਅנס ਨੂੰ ਤੁਸੀਂ ਕਹਿਣਾ ਚਾਹੋਗੇ ਤਾਂ ਕੀ ਕਹਿਣਾ ਚਾਹੋਗੇ ਹਰਮਨ ਮੈਂ ਇਹੀ ਕਹਾਗਾ ਕਿ ਇੱਕ ਫਿਲਮ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਕੰਪਲੀਟ ਐਕਟਰ ਆ ਗਿਆ ਵਾਹ ਜੀ ਵਾਹ ਤੇ ਉਹ ਬਹੁਤ اچھا ਕਿਉਂਕਿ ਜਦੋਂ ਮੈਂ ਪਹਿਲੀ ਵਾਰ ਮੈਨੂੰ ਨਹੀਂ ਸੀ ਪਤਾ ਕਿ ਵੀ ਮੁੰਡਾ ਇਸ ਹੱਦ ਤੱਕ ਹੈ ਇਹ ਬਹੁਤ ਸੀਰੀਅਸ ਲੈ ਰਿਹਾ ਆਪਣੇ ਕਿਰਦਾਰ ਨੂੰ ਆਪਣੇ profession ਮੈਨੂੰ ਕਿਹਾ ਵੀ ਇਹਨੂੰ ਸ਼ੌਕ ਹੀ ਨਹੀਂ ਰੱਖਣਾ ਇਹਨੂੰ profession ਵੀ ਬਣਾਉਣਾ ਜਦ ਤੱਕ ਤੁਸੀਂ profession ਕਿਸੇ ਚੀਜ਼ ਨੂੰ ਨਹੀਂ ਬਣਾਉਂਦੇ ਨਾ ਤੁਸੀਂ ਕੰਪਲੀਟ ਨਹੀਂ ਹੁੰਦੇ ਬਿਲਕੁਲ ਕਿਉਂਕਿ profession ਬਣਾਓਗੇ ਤਾਂ ਤੁਸੀਂ ਡਿਸਿਪਲਿੰਡ ਹੋ ਜਾਓਗੇ ਜੀ ਜੀ ਔਰ ਇਹਦੇ ਵਿੱਚ ਡਿਸਿਪਲਿੰਡ ਹੋਣਾ ਬਹੁਤ ਜ਼ਰੂਰੀ ਹੈ ਕੋਈ ਜੋ ਡਾਇਰੈਕਟਰ ਦੀ ਡਿਮਾਂਡ ਹੈ ਜੋ ਡਾਇਰੈਕਟਰ ਚਾਹੁੰਦਾ ਹੈ ਉਹਨੂੰ ਪਹਿਲਾਂ ਧਿਆਨ ਨਾਲ ਸੁਣੋ ਰਾਈਟ ਫਿਰ ਉਸ ਦੇ ਤੇ ਵਰਕ ਆਊਟ ਕਰੋ ਜੇ ਉਹ ਸਮਝ ਨਹੀਂ ਆਉਂਦੀ ਤਾਂ ਦੁਬਾਰਾ ਪੁੱਛ ਵੀ ਸਕਦੇ ਹੋ ਫਿਰ ਕੋਈ ਵੀ ਸੀਨੀਅਰ ਜਿੱਥੇ ਤੱਕ ਉਹ ਅਗਰ ਉਹ ਸਾਬਿਤ ਹੁੰਦਾ ਹੈ ਹਾਂਜੀ ਕਿ ਵੀ ਇਸ ਤੋਂ ਮੈਂ ਕੁਝ ਗੈਟ ਕਰ ਸਕਦਾ ਵੈਸੇ ਤਾਂ ਅਸੀਂ ਹਰ ਛੋਟੇ ਤੋਂ ਛੋਟੇ ਬੰਦੇ ਤੋਂ ਵੀ ਕੁਝ ਨਾ ਕੁਝ ਅਸੀਂ ਸਿੱਖਦੇ ਹਾਂ ਬਿਲਕੁਲ ਜੀ ਬਿਲਕੁਲ ਔਰ ਤੁਹਾਡੇ ਚ ਸਿੱਖਣ ਦਾ ਮਾਜ਼ਾ ਹੋਣਾ ਚਾਹੀਦਾ ਹੈ ਬਿਲਕੁਲ ਤਾਂ ਉਹ ਇਹਦੇ ਵਿੱਚ ਹੈ ਇਹਨੇ ਕਹਿ ਵੀ ਦਿੱਤਾ ਤੇ ਜਦੋਂ ਮੈਂ ਪਹਿਲੀ ਵਾਰ ਮੈਂ ਕਿਹਾ ਵੀ ਨਵਾਂ ਮੁੰਡਾ ਹੈ ਕਿਸ ਤਰ੍ਹਾਂ ਕਰੇਗਾ ਮੈਂ ਪੁੱਛਿਆ ਵੀ ਸੀਗਾ ਪੁੱਛਦਾ ਵੀ ਸੀ ਹਾਂਜੀ ਪਰ ਜਦੋਂ ਮੈਂ ਨਾਲ ਚੱਲਿਆ ਚਾਰ ਕਦਮ ਚੱਲਿਆ ਤੇ ਮੈਨੂੰ ਮਹਿਸੂਸ ਹੋਇਆ ਕਿ ਸਾਨੂੰ ਇੱਕ ਪੰਜਾਬੀ ਕੰਪਲੀਟ ਹੀਰੋ ਐਕਟਰ ਹੋਰ ਮਿਲ ਗਿਆ ਹੈ। ਕੀ ਬਾਤ ਹੈ ਜੀ। ਹਰਮਨ ਇਹ ਸਾਰੀਆਂ ਗੱਲਾਂ ਪਾਕੇ ਆਪਣੇ ਵਿੱਚ ਬਹੁਤ ਮਾਇਨੇ ਰੱਖਦੀਆਂ ਨੇ ਇਹਨਾਂ ਨੂੰ ਸਾਮ ਸੰਭਾਲ ਕੇ ਰੱਖਣਾ ਉਹ ਤੁਹਾਡੀ ਜ਼ਿੰਮੇਵਾਰੀ ਹੈ। ਸਾਰੀਆਂ ਗੱਲਾਂ ਨੂੰ ਸਾਰੀ ਐਡਵਾਈਸਿਸ ਨੂੰ। ਮੈਂ ਸਟ੍ਰੇਟ ਫਾਰਵਰਡ ਜੀ ਗੱਲ ਕਰਦਾ ਜੀ। ਇਕੱਲਾ ਐਕਟਰ ਕੁਝ ਨਹੀਂ ਕਰ ਸਕਦਾ। ਬਿਲਕੁਲ। ਜਿੱਦਾਂ ਹੁਣ ਆਪਣੀ ਪੂਰੀ ਟੀਮ ਹੈ ਇੱਕ। ਟੀਮ ਵਰਕ। ਪੂਰੀ ਟੀਮ ਟੁਗੇਦਰ ਦੀ ਤੁਹਾਡੀ ਇਕੱਠੀ ਚੱਲ ਰਹੀ ਹੈ। ਜੀ। ਤਾਂ ਤੁਸੀਂ ਇੱਕ ਸਕਸੈਸਫੁਲ ਮੂਵੀ ਬਣਾ ਸਕਦੇ ਹੋ। ਨੋ ਡਾਊਟ। ਹੁਣ ਸਾਡੇ ਜਿਹੜੇ ਕ੍ਰੀਏਟਿਵ ਹੈ ਬੁਪਿੰਦਰ ਸਿਆਣ ਨੇ ਮਿਸਟਰ ਬੁਪਿੰਦਰ ਸਿਆਣ। ਹਾਂ ਜੀ। ਮੈਂ ਤਾਂ ਚਲੋ ਫਰਸਟ ਮੂਵੀ ਹੈ ਬੇਬੀ ਬੇਬੀ ਸਟੈਪਸ ਲੈ ਰਹਾ ਸੀਗਾ ਉਹਨੇ ਹੱਥ ਫੜ ਕੇ ਮੈਨੂੰ ਪੂਰੀ ਮੂਵੀ ਕਰਾਈ ਹੈ ਕੀ ਬਾਤ ਹੈ ਲਿਟਰਲੀ ਇਟਸ ਅ ਟੀਮ ਵਰਕ ਸ਼ਵਿੰਦਰ ਸਰ ਬੀ ਐਨ ਸਰ ਸਾਰਿਆਂ ਨੇ ਮੈਨੂੰ ਇੰਨਾ ਸਪੋਰਟ ਕੀਤਾ ਜੀ ਯੂਵਿਕਾ ਜੀ ਅਰੈਕਟਰਸ ਯੂਵਿਕਾ ਉਹਨੇ ਇੰਨਾ ਸਪੋਰਟ ਦਿੱਤਾ ਉਹ ਲੱਗਦਾ ਮਤਲਬ ਫਿਰ ਆਬਵੀਅਸਲੀ ਜਿਹੜੀ ਇਨੀ ਪੋਜ਼ਿਟਿਵਿਟੀ ਆਰਾਊਂਡ ਹੈਗੀ ਹੈ ਤੁਹਾਡੇ ਕੋਲ ਮੇਰੇ ਪੇਰੈਂਟਸ ਵੱਲੋਂ ਸਪੋਰਟ ਹੈ ਐਂਡ ਰਿਜ਼ਲਟ ਫਿਰ ਪੋਜ਼ਿਟਿਵ ਹੈ ਹੀ ਇਜ਼ ਲੱਕੀ ਇਨ ਦੈਟ ਵੇ ਐਗਜ਼ੈਕਟਲੀ ਆ ਮਾਈ ਫੀਲ ਵੈਰੀ ਬ੍ਰੈਸਟ ਵਾਕਿ 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 ਉਹੀ ਹੈ ਹੁਣ ਸਾਰੀਆਂ ਚੀਜ਼ਾਂ ਦਾ ਸਾਂਭਣ ਦੀ ਲੋੜ ਹੈ ਤੇ ਬਸ ਆਪਣੇ ਫੋਕਸ ਵੱਲ ਜਿਹੜਾ ਫੋਕਸ ਕੀਤਾ ਉਹਦੇ ਵੱਲ ਵਧਣ ਦੀ ਲੋੜ ਹੈਗੀ ਹੈ ਮਿਊਜ਼ਿਕ ਦੀ ਗੱਲ ਵਿੱਚ ਰਹੀ ਗਈ ਮਿਊਜ਼ਿਕ ਕਿਹਨਾਂ ਨੇ ਦਿੱਤਾ ব্যাকਗ੍ਰਾਉਂਡ ਮਿਊਜ਼ਿਕ ਆਬਵੀਅਸਲੀ ਹੁੰਦਾ ਹੈਗਾ ਫਿਲਮ ਦਾ ਮਿਊਜ਼ਿਕ ਕਿਹਨਾਂ ਨੇ ਕੀਤਾ ਜੀ ਜੀ ਫਿਲਮ ਵਿੱਚ ਦਿੱਤਾ ਮਿਸਟਰ ਸੰਤੋਸ਼ ਘਟਾਰੀਆ ਐਂਡ ਡਾਕਟਰ ਜੂਸ ਓਕੇ ਡਾਕਟਰ ਜੂਸ ਇਜ਼ ਵੈਰੀ ਨੋਟ ਫੇਸ ਇਨ ਪੰਜਾਬੀ ਸਿਨੇਮਾ ਜੀ 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 ਬਿਲਕੁਲ ਪੰਜਾਬੀ ਸਿਨੇਮਾ ਵਿੱਚ ਬਾਲੀਵੁੱਡ ਚ ਵੀ ਨੇ ਉਹਨਾਂ ਦਾ ਤਾਂ ਕਾਫੀ ਮਿਊਜ਼ਿਕ ਚੱਲਦਾ ਹੈ ਨੋ ਡਾਊਟ ਨੋ ਡਾਊਟ ਤੇ ਗਾਣੇ ਮੇਰੇ ਖ ओके सॉन्ग ਤੇ ਜਿਹੜਾ ਵੰਡਲੈਂਡ Song ਹੈ ਇਸ ਡਨ ਬਾ ਜ਼ੋਰਾ ਤੇ ਜਿਹੜਾ ਆਪਣਾ ओके सॉन्ग ਹੈ ਇਸ ਡਨ ਬਾਈ ਜ਼ੋਰਾ ਰੰਧਾਵਾ ਡਾਕਟਰ ਅਜ਼ਿਊਜ਼ ਦਾ 뮤직 ਐਂਡ ਫਤਿਹ ਰੰਦਾਵਾ ਦਾ ਰੈਪ ਹੈ ਜਿਹੜੀ ਇੰਚ ਦੀ ਟੀਮ ਹੈ ਉਹ ਦੁਬਾਰਾ ਹੁਣ ਓਕੇ ਚਾ ਰਹੀ ਹੈ ਵਾਹ ਜੀ ਵਾਹ ਚਲੋ ਮਤਲਬ ਫਿਲਮ ਦੇ ਵਿੱਚ ਸਾਰੇ ਰੰਗ ਜਿੱਦਾਂ ਕਿ ਦੱਸ ਰਿਹਾ ਹਰਮਨ ਦੱਸ ਰਿਹਾ ਹੈਗੇ ਨੇ ਸ਼ਵਿੰਦਰ ਸਰ ਦੱਸ ਰਹੇ ਕਿ ਇੱਕ ਪਰਿਵਾਰਕ ਫਿਲਮ ਹੈਗੀ ਹੈ ਸਾਰੇ ਰੰਗ ਦੇਖਣ ਨੂੰ ਮਿਲਣਗੇ ਤੇ ਨਾਲ ਦੀ ਨਾਲ ਹੁਣ ਆਪਾਂ ਤੁਹਾਡੇ ਲਈ ਸਾਰਿਆਂ ਲਈ ਸ਼ਵਿੰਦਰ ਸਰ ਵੀ ਦੱਸਣਗੇ ਹਰਮਨ ਵੀ ਦੱਸੇਗਾ ਕਿ 1 1 ਅਕਤੂਬਰ ਨੂੰ ਤੁਸੀਂ ਕਾਤੋਂ ਮਤਲਬ ਟਿਕਟਾਂ ਬੁੱਕ ਕਰਾਉਣੀਆਂ ਕਾਤੋਂ ਸਿਨੇਮੇ ਵਿੱਚ ਟਰਾਲੀਆਂ ਲੈ ਲੈ ਕੇ ਪਹੁੰਚਣਾ ਜਿਹੜੀ ਵੀ ਚੀਜ਼ ਆਪਾਂ ਪਹੁੰਚਣਾ ਸੋ ਇਹ ਇੱਥੇ 1 1 ਜੀ ਬ ਮਿੱਠੇ ਮਿੱਠੀਆਂ ਆਪਾਂ ਗੱਲਾਂ ਕਰਨੀਆਂ ਫਿਊਚਰ ਪਲੈਨਿੰਗ ਬਾਰੇ ਪੁੱਛਾਂਗੇ ਮਿਲਦੇ ਆਂ ਜੀ ਬ੍ਰੇਕ ਤੋਂ ਬਾਅਦ ਵੈਲਕਮ ਬੈਕ ਫਰੈਂਡਸ ਤੁਸੀਂ ਵੇਖ ਰਹੇ ਹੋ ਜੀ ਪੀਟੀਸੀ ਸ਼ੋਕੇਸ ਤੇ ਮੁਲਾਕਾਤ ਆਪਾਂ ਅੱਜ ਕਰ ਰਹੇ ਆਂ ਜੀ ਫਿਲਮ ਲਕੀਰਾਂ ਦੀ ਸਟਾਰ ਕਾਸਟ ਦੇ ਨਾਲ ਸ਼ਵਿੰਦਰ ਮਾਲ ਸਰ ਐਂਡ ਹਰਮਨ ਵਰਕ ਹੁਣ ਤਾਂ ਤੁਸੀਂ ਸਾਰੇ ਰੂਬਰੂ ਹੋ ਚੁੱਕੇ ਹੋ ਜੀ ਹਰਮਨ ਵਰਕ ਦੇ ਵੀ ਸੋ ਪਹਿਲਾਂ ਹੀ ਤੁਹਾਨੂੰ ਬੈਸਟ ਵਿਸ਼ੇਸ ਆਪਾਂ ਦੇ ਚੁੱਕੇ ਆਂ ਸ਼ਵਿੰਦਰ ਸਰ ਨੇ ਤੁਹਾਡੇ ਲਈ ਬਹੁਤ ਵੱਡੀ ਇੱਕ ਗੱਲ ਕਹ ਦਿੱਤੀ ਹੈ ਔਰ ਯਾਦ ਰੱਖਣੀ ਹੈ ਕੰਪਲੀਟ ਐਕਟਰ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈਗੀ ਆ ਓਬਵੀਅਸਲੀ ਤਿਆਰੀ ਕਰਕੇ ਵੀ ਤੁਸੀਂ ਇੱਥੇ ਪਹੁੰਚੇ ਹੋ ਹਰਮਨ ਤੁਹਾਡੇ ਓਬਵੀਅਸਲੀ ਤੁਹਾਨੂੰ ਦੇਖ ਕੇ ਕੁੜੀਆਂ ਤੁਹਾਡੀਆਂ ਫੈਨਸ ਬਣਨ ਗਈਆਂ ਮੁੰਡੇ ਤੁਹਾਨੂੰ ਫੋਲੋ ਕਰਨਗੇ ਅੱਛਾ ਜਿੰਮ ਸਕੇਡਿਊਲ ਆ ਰਿਹਾ ਹੈਗਾ ਮੁੰਡੇ ਦਾ ਤੇ ਐਕਟਿੰਗ ਸਕਿਲਸ ਬਾਰੇ ਸਰ ਨੇ ਦੱਸਿਆ ਕਿ ਤੁਸੀਂ ਪੂਰੇ ਪਰਪੱਕ ਤਿਆਰ ਹੋ ਕੇ ਆਏ ਹੈਗੇ ਹੋ ਸੋ ਕੀ ਐਕਸਪੈਕਟੇਸ਼ਨਸ ਹੈਗੀਆਂ ਨੇ ਪੰਜਾਬੀ ਆਡੀਅנס ਤੋਂ ਮੈਂ ਤਾਂ ਬਸ ਇਹੀ ਕਹਿਣਾ ਚਾਹੂੰਗਾ ਜੀ ਕਿ ਮੈਂ ਆਪਣਾ 100% ਦੇ ਦਤਾ ਹਾਂ ਜੀ ਓਬਵੀਅਸਲੀ ਮੈਂ ਇਹਦਾ ਕਹਿਤ ਨਹੀਂ ਸਕਦਾ ਕਿ ਆਮ ਸੈਟੀਸਫਾਈਡ ਸੈਟੀਸਫਾਈਡ ਤਾਂ ਚਲ ਕੋਈ ਬੰਦਾ ਨਹੀਂ ਹੁੰਦਾ ਆਮ ਪ੍ਰਾਊਡ ਵਾਟ ਏਵਰ Iਵ ਡਨ ਵਾਟ ਏਵਰ Iਵ ਡਨ ਮੈਂ ਪ੍ਰਾਊਡ ਹੈਗਾ ਹੁਣ ਜੋ ਪਰਮਾਤਮਾ ਦੇ ਹੱਥ ਹੈ ਉਹ ਹੀ ਹੁਣ 100% ਦਿੱਤਾ ਹੈ ਆਡੀਅנס ਪਿਆਰ ਦਵੋਗੇ ਮੈਂ ਕਹਿੰਦਾ ਜੋ 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 ਮੈਂ ਕੀਤਾ ਹੈ 100 ਸਰ ਜਿਹੜਾ ਤੁਹਾਡਾ ਕਿਰਦਾਰ ਹੈਗਾ ਫਿਲਮ ਦੇ ਵਿੱਚ ਇਹ ਕੀ ਚੇਂजेस ਲੈ ਕੇ ਆਉਂਦਾ ਹੈ ਇੱਕ ਇਹ ਕਹਿੰਦੇ ਸਟੋਰੀ ਦੇ ਵਿੱਚ ਇੱਕ ਪਾਸੇ ਹਾਂਜੀ ਜਦੋਂ ਲਕੀਰਾਂ ਕਹਾ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਨੇ ਹਰ ਤਰ੍ਹਾਂ ਦੀਆਂ ਲਕੀਰਾਂ ਇਹ ਇੱਕ ਪਾਰਟ ਹੈ ਇਹ ਇੱਕ ਕਿਰਦਾਰ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਹਰ ਤਰ੍ਹਾਂ ਦਾ ਕਿਰਦਾਰ ਇਸ ਕਰੈਕਟਰ ਨਾਲ ਜੁੜਿਆ ਹੋਇਆ ਹੈ ਕਿਉਂਕਿ ਹੀ ਇਜ਼ ਦਾ ਸੈਂਟਰਲ ਕਰੈਕਟਰ ਜੀ ਇਹਦੇ ਕਰਕੇ ਹੀ ਇਹਦੇ ird gird ਕਹਾਣੀ ਘੁੰਮਦੀ ਹੈ ਇਹਦੇ ਹੀਰੋ ਹੀਰੋਇਨ ਦੇ ird gird ਅਸੀਂ ਇੱਕ سپورਟ ਕਰ ਰਹੇ ਹਾਂ ਜਿਸ ਤਰ੍ਹਾਂ ਤਾਂ ਸਾਨੂੰ ਕਿਰਦਾਰ ਦਿੱਤੇ ਗਏ ਹਨ ਪੋਜ਼ਿਟਿਵ ਨੂੰ ਪੋਜ਼ਿਟਿਵ 네ਗੇਟਿਵ ਨੂੰ 네ਗੇਟਿਵ ਉਹ ਆਪਣਾ ਉਸ ਅਕੋਰਡਿੰਗ ਨਿਵਾ ਰਿਹਾ ਹੈ ਜੀ ਔਰ ਹਰ ਇੱਕ ਬੰਦੇ ਨੂੰ ਇਹ ਲੱਗੇਗਾ ਕਿ ਹਾਂ ਅਗਰ ਮੈਂ ਵੀ ਇਹ ਹੋਵਾਂ ਤੇ ਮੇਰੇ ਨਾਲ ਅਗਰ ਇਸ ਤਰ੍ਹਾਂ ਹੋਏ ਇਹ ਕਹਾਣੀ ਇਸ ਤਰ੍ਹਾਂ ਗੁਜ਼ਰੇ ਤੇ ਮੈਂ ਕੀ ਫੀਲ ਕਰਾਂਗਾ ਤੇ ਡੈਫੀਨਟਲੀ ਇਹ ਜੋ ਕਿਰਦਾਰ ਇਹਦੇ ਸਰਾਊਂਡਿੰਗ ਚੱਲ ਰਹੇ ਨੇ ਹਾਂਜੀ ਇਹ ਆਪਣਾ ਆਪਣੇ ਕਿਰਦਾਰ ਦੇ ਵਿੱਚ ਫਿੱਟ ਨੇ ਓਕੇ ਤੇ ਕਿਉਂਕਿ ਥੋੜਾ ਜਿਹਾ ਅਸੀਂ ਉਹੀ ਹੈ ਕਹਾਵਤ ਹੈ ਕਿ ਬਾਤ ਨਿਕਲਦੀ ਹੈ ਤੋ ਬਹੁਤ ਦੂਰ ਤੱਕ ਜਾਤੀ ਹੈ ਤੋ ਇਸੀ ਕਹਾਣੀ ਨੂੰ ਦੱਸਾਂਗੇ ਤੇ ਫਿਰ ਸਾਡੇ ਕੋਲ ਰਹੇਗੀ ਉਹੀ ਉਨੀ ਕੀ ਚੀਜ਼ ਹੈ ਸਾਡੇ ਕੋਲ ਉਹੀ ਅਸੀਂ ਲੁਕੋ ਕੇ ਰੱਖਨੇ ਉਹੀ ਸਾਡੀ ਇੱਕ ਵਾਕੇ 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 ਤੇ ਕੋਲ ਲਿਖ ਤੇ ਸਾਰਾ ਮੁਠੀ ਬੰਦ ਹੈ ਹੈ ਨਾ ਤੇ ਕਹਾਣੀ ਅੱਛੀ ਹੈ ਨਿਰਾਸ਼ ਨਹੀਂ ਕਰੇਗੀ ਹੂੰ ਹੂੰ ਜਿਹਨੂੰ ਕਹਿੰਦੇ ਆ ਵੀ ਯਾਰ ਇਹ ਕੀ ਹੈ ਨਿਰਾਸ਼ ਨਹੀਂ ਕਰੇਗੀ ਵਾਕੇ ਵਾਕੇ ਔਰ ਇੱਕ ਅੱਛੀ ਕਹਾਣੀ ਦੇਣ ਦੀ ਕੋਸ਼ਿਸ਼ ਕੀਤੀ ਹੈ ਸਰ ਆ ਜਾਂਦੇ ਜਾਂਦੇ ਆਡੀਅנס ਤੋਂ ਤੁਸੀਂ ਕੀ ਐਕਸਪੈਕਟੇਸ਼ਨ ਰੱਖਦੇ ਹੋ ਆਪਣੀ ਆਡੀਅנס ਨੂੰ ਕਈ ਵਾਰ ਫਿਲਮਾਂ ਦੀ ਤਾਂ ਕਿਸਮਤ ਹੁੰਦੀ ਹੋਇਆ ਪਰ ਕਈ ਵਾਰ ਆਡੀਅנס ਨਹੀਂ ਪਹੁੰਚਦੀ ਹੈਗੀ ਫਿਲਮਾਂ ਦੇਖਣ ਨੂੰ ਜਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਸਾਡੇ ਦਰਸ਼ਕ ਅਗਰ ਸਿਨੇਮੇ ਤੱਕ ਹੀ ਨਹੀਂ ਪਹੁੰਚਣਗੇ ਤੇ ਅਸੀਂ ਉਹਨਾਂ ਨੂੰ ਕਿਵੇਂ ਦੱਸਾਂਗੇ ਕਿ ਅਸੀਂ ਕੀ ਬਣਾਇਆ ਜੀ ਬਸ ਇਹ ਹੈ ਕਿ ਇਹ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਪਿਆਰੇ ਦਰਸ਼ਕੋ ਨਾ ਜਾਇਓ ਕਹਾਵਤ ਹੈ ਅੱਖਾਂ ਦੇਖੀ ਹੀ ਸਚਾਈ ਹੋਏਗੀ ਆਪ ਖੁਦ ਦੇਖਿਓ ਤੁਹਾਨੂੰ ਅੱਛੀ ਲੱਗੇਗੀ ਤਾਂ ਤੁਸੀਂ ਨਿੰਦ ਦਿਓ ਚੰਗੀ ਲੱਗੇਗੀ ਤੇ ਹੰਗਾਰਾ ਦੇ ਦਿਓ ਲੇਕਿਨ ਸਿਨੇਮੇ ਤੱਕ ਇੱਕ ਵਾਰ ਜ਼ਰੂਰ ਆਉਣਾ ਹੈ ਇਹ ਸਾਡੀ ਤੁਹਾਡੇ ਅੱਗੇ ਰਿਕੁਐਸਟ ਹੈ ਬੇਨਤੀ ਹੈ ਤੇ ਗੁਜ਼ਾਰਿਸ਼ ਹੈ ਕੀ ਬਾਤ ਹੈ ਥੈਂਕ ਯੂ ਵੈਰੀ ਮਚ ਵਾਜੀ ਹਰਮਨ ਤੁਸੀਂ ਜਾਂਦੇ ਆਂਦੇ ਫਿਰ ਕੀ ਕਹਿਣਾ ਚਾਹੋਗੇ ਸਾਰੀ ਆਡੀਅנס ਨੂੰ ਮੈਂ ਤਾਂ ਆਹੀ ਕਹਿਣਾ ਚਾਹੂੰਗਾ ਜੀ 21 ਅਕਤੂਬਰ ਲਕੀਰਾ ਰਿਲੀਜ਼ਿੰਗ ਹੈ ਡੇਟ ਹੈ ਆਬਵੀਅਸਲੀ ਇਟਸ ਮਾਈ ਡੈਬਿਊ ਫਿਲਮ ਕਾਫੀ ਮਿਹਨਤ ਲੱਗਦੀ ਹੈ ਜੀ ਮੂਵੀ ਬਣਾਉਣ ਚ ਸਾਡੀ ਨਹੀਂ ਲੱਗਦੀ ਸਾਰੇ ਦੀ ਲੱਗਦੀ ਹੈ ਬਿਲਕੁਲ ਤੇ ਜਰੂਰ ਜਾਇਆ ਫਿਲਮ ਦੇਖਣ ਇਟਸ ਅ ਫੈਮਿਲੀ ਪੈਕੇਜ ਕਾਫੀ ਮਿਹਨਤ ਲਾਈ ਹੈ ਸਾਰਿਆਂ ਨੇ ਨਾ ਇਹ ਨਹੀਂ ਹੈਗਾ ਕਿ ਇਕੱਲੀ ਲਫਤਰੀ ਕਾਮੇਡੀ ਵੀ ਫੁੱਲ ਪੈਕੇਜ ਹੈ ਬੀ ਆ ਸ਼ਰਮਸਰ ਨੇ ਆਬਵੀਅਸ ਤੁਹਾਨੂੰ ਪਤਾ ਹੀ ਨੇ ਕਿੰਨੇ ਆ ਹੀ ਇਜ਼ ਸੋ ਗੁੱਡ ਐਟ ਹਿਸ ਵਰਕ ਨਿਮਲਿਸ਼ੀ ਮੈਮ ਨੇ ਤੇ 21 ਅਕਤੂਬਰ ਨੂੰ ਜ਼ਰੂਰ ਜਾਇਓ ਐਂਡ ਰਿਵਿਊਜ਼ ਜ਼ਰੂਰ ਦਿਓ ਬਸ ਇੰਨਾ ਕਹਿ ਸਕਦਾ ਹਾਂ ਸੋ ਵਿਸ਼ਿੰਗ ਯੂ ਬੈਸਟ ਆਫ ਲੱਕ ਤੇ ਸਰਦਨ ਦਾਤਾ ਸੇ ਅਸ਼ੀਰਵਾਦ ਲੈਨੇ ਆ ਜੀ ਹਮੇਸ਼ਾ ਤੇ ਪਰਮਾਤਮਾ ਨੇ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਤੁਹ ਬਹੁਤ ਵਧੀਆ ਲੱਗਿਆ ਤੁਹਾਡੇ ਦੋਨਾਂ ਨਾਲ ਹਮੇਸ਼ਾ ਹੀ ਤਰ੍ਹਾਂ ਗੱਲਾਂ ਬਾਤਾਂ ਕਰਕੇ ਸਰ ਵਿਸ਼ ਯੂ ਆਲ ધ ਲੱਕ ਵਾਂਸ ਅਗੇਨ ਪੀਡੀਸੀ ਪੰਜਾਬੀ ਦੇ ਵੱਲੋਂ ਪੰਜਾਬੀ ਸਿਨੇਮੇ ਦੀ ਚੜ੍ਹਦੀ ਕਲਾ ਰਹੇ ਇਹੀ ਦੁਆ ਕਰਦੇ ਆਂ ਜੀ ਆਪਾਂ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ